ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਤਨਾਮ ਵਾਹਿਗੁਰੂ ਜੀ ਮਾਰੂ ਮਹੱਲਾ ਪਹਿਲਾ ਮਾਤ ਪਿਤਾ ਸੰਯੋਗ ਉਪਾਈ ਰਕਤ ਬਿੰਦ ਮਿਲ ਪਿੰਡ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਦੇ ਤਖਤ ਦੇ ਸੁਭਾਏ ਮਾਨ ਪ੍ਰਗਟ ਗੁਰਾਂ ਕੀ ਦੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੋੜ ਮਿਲ ਬੈਠੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਲਵਾਓ ਹਾਜ਼ਰੀ ਰਸਨਾ ਕਰੋ ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਪਹਿਲਾ ਮਾਤ ਪਿਤਾ ਸੰਯੋਗ ਉਪਾਏ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 1013 ਦੇ ਅਖੀਰ ਤੋਂ ਮਾਰੂ ਰਾਗ ਦੇ ਅੰਦਰ 8-8 ਪਦਿਆਂ ਵਾਲੀ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਆਪਾਂ ਸਰਵਣ ਕਰ ਰਹੇ ਹਾਂ। ਸੱਤ ਸ਼ਬਦ ਸੰਪੂਰਨ ਹੋਏ ਨੇ, 9ਵੇਂ ਦੀ ਆਰੰਭ ਵਾਹਿਗੁਰੂ 8ਵੇਂ ਦੀ ਆਰੰਭਤਾ ਹੋ ਰਹੀ ਹੈ। ਮਾਰੂ ਮਹੱਲਾ ਪਹਿਲਾ, ਮਾਰੂ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਾਤ ਪਿਤਾ ਸੰਯੋਗ ਉਪਾਏ, ਕਹਿੰਦੇ ਵੀ ਪਰਮੇਸ਼ਰ ਨੇ ਮਾਤ ਮਾਂ ਪਿਤਾ ਪਿਓ ਆਦਿਕ ਮਾਂ ਪਿਓ ਦੇ ਸੰਯੋਗ ਮਿਲਾਪ ਕਰਕੇ ਸੰਬੰਧ ਕਰਕੇ ਉਪਾਏ ਜੀਵ ਪੈਦਾ ਕੀਤੇ ਨੇ, ਜੀਵਾਂ ਦੇ ਸਰੀਰ ਬਣਾਉਣਾ ਕੀਤੇ ਹਨ। ਰਕਤ ਬਿੰਦ ਮਿਲ ਪਿੰਡ ਕਰੇ, ਅਤੇ ਫੇਰ ਕਿਉਂਕਿ ਰਕਤ ਬਿੰਦ ਮਾਤਾ ਦੀ ਰਕਤ ਅਤੇ ਪਿਤਾ ਦਾ ਬਿੰਦ ਵੀਰ ਜਿਹਨਾਂ ਦੇ ਮਿਲ ਪਿੰਡ ਕਰੇ ਮਿਲਾਪ ਦੁਆਰਾ ਵਾਹਿਗੁਰੂ ਨੇ ਜੀਵਾਂ ਦੇ ਪਿੰਡ ਸਰੀਰਾਂ ਨੂੰ ਬਣਾਉਣਾ ਕੀਤਾ ਹੈ, ਪਿੰਡ ਕਰੇ ਸਰੀਰ ਬਣਾਉਣਾ ਕੀਤੇ ਹਨ ਪਾਤਸ਼ਾਹ ਨੇ। ਅੰਤਰ ਗਰਭ ਉਰਦ ਲਿਬ ਲਾਗੀ, ਅੰਤਰ ਗਰਭ ਜਿਸ ਵੇਲੇ ਜੀਵ ਮਾਤਾ ਦੇ ਗਰਭ ਪੇਟ ਉਦਰ ਦੇ ਵਿੱਚ ਸੀ, ਉਰਦ ਉਲਟਾ ਪੁੱਠਿਆ ਲਮ ਪੁੱਠਾ ਲਮਕ ਰਿਹਾ ਸੀ,
ਲਿਵ ਲੱਗ ਗਈ, ਉਦੋਂ ਇਹਦੀ ਵਾਹਿਗੁਰੂ ਦੇ ਵਿੱਚ ਲਿਵ ਬਿਰਤੀ ਲੱਗੀ ਰਹਿੰਦੀ ਸੀ ਹਰ ਸਮੇਂ। ਸੋ ਪ੍ਰਭ ਸਾਰੀ ਦਾਤ ਕਰੀ, ਕਹਿੰਦੇ ਵੀ ਉਹ ਜੋ ਪ੍ਰਭੂ ਪਰਮੇਸ਼ਰ ਹੈ ਨਾ, ਉਹ ਪ੍ਰਭੂ ਹੀ। ਸੋ ਪ੍ਰਭ ਸਾਰੇ, ਸਾਰੇ ਨਾਮ ਹੈ ਸੰਭਾਲ ਕਰਕੇ ਜੀਵਾਂ ਦੀ, ਉਹ ਪਰਮੇਸ਼ਰ ਹੀ ਸੰਭਾਲ ਕਰਕੇ ਦਾਤ ਕਰੇ ਅਤੇ ਦਾਤਾਂ ਦੇਣਾ ਕਰਦਾ। ਉਹ ਪਰਮੇਸ਼ਰ ਜੀਵਾਂ ਨੂੰ ਦਾਤਾਂ ਦਿੰਦਾ ਲੋੜ ਦੇ ਅਨੁਸਾਰ। ਮਾਤਾ ਦੇ ਗਰਭ ਵਿੱਚ ਵੀ ਦਾਤਾਂ ਕਰਦਾ ਸੀ, ਹੁਣ ਜਦ ਜਨਮ ਲੈ ਕੇ ਆ ਗਿਆ ਇੱਥੇ ਵੀ ਲੋੜ ਅਨੁਸਾਰ ਦਾਤਾਂ ਦਿੰਦਾ ਹੈ, ਪਦਾਰਥ ਦਿੰਦਾ ਅਤੇ ਸੰਭਾਲ ਕਰਦਾ ਹੈ। ਸੰਸਾਰ ਭਵ ਜਲ ਕਿਉਂ ਤਰੈ, ਇਸ ਕਰਕੇ ਹੇ ਭਾਈ ਵੇਖੋ ਪਰਮੇਸ਼ਰ ਦਾ ਨਾਮ ਸਿਮਰੀਏ, ਨਾਮ ਸਿਮਰਨ ਤੋਂ ਬਗੈਰ ਸੰਸਾਰ ਭਵ ਜਲ, ਇਹ ਜਿਹੜਾ ਜੀਵ ਹੈ ਸੰਸਾਰ ਭਵ ਜਲ, ਸੰਸਾਰ ਸਮੁੰਦਰ ਤੋਂ ਕਿਉਂ ਤਰੈ, ਕਿਸ ਤਰ੍ਹਾਂ ਪਾਰ ਪੈ ਸਕਦਾ ਏ। ਗੁਰਮੁਖ ਨਾਮ ਨਿਰੰਜਨ ਪਾਈਐ, ਤੇ ਇਹ ਜਗਿਆਸੂ ਮੁਖ ਦੁਆਰਾ ਸਵਾਲ ਸੀ, ਮਹਾਰਾਜ ਇਹ ਫਿਰ ਕਿਵੇਂ ਪਾਰ ਪਵੇ? ਕਹਿੰਦੇ ਨਾਮ ਦੁਆਰਾ, ਤੇ ਨਾਮ ਕਿੱਥੋਂ ਮਿਲਦਾ? ਗੁਰਮੁਖ ਨਾਮ ਨਿਰੰਜਨ ਪਾਈਐ, ਗੁਰਮੁਖ ਬਣ ਕੇ ਸਤਿਗੁਰਾਂ ਦੀ ਸੰਗਤ ਦੁਆਰਾ, ਜੋ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਸ਼ੁੱਧ ਸਰੂਪ ਵਾਹਿਗੁਰੂ ਹੈ, ਉਹਦੇ ਨਾਮ ਨੂੰ ਪਾਉਣਾ ਕਰੀਦਾ ਏ। ਅਫਰਿਓ ਭਾਰ ਅਫਾਰ ਟਰੈ, ਅਫਰਿਓ ਭਾਰ ਅਫਰਿਓ, ਅਫਰਿਆ ਹੋਇਆ ਹੈ ਨਾ ਹੰਕਾਰ ਦੇ ਸਹਿ ਤੇ, ਜਿਹੜਾ ਅਫਰਿਆ ਹੋਇਆ ਜੀਵ ਹੈ ਭਾਰ, ਇਹਦੇ ਉੱਤੇ ਕਰੋੜਾਂ ਹੀ ਪਾਪਾਂ ਦਾ ਅਸਹਿ ਭਾਰ ਪਿਆ ਹੈ, ਪਰ ਜਦੋਂ ਨਾਮ ਜਪੇਗਾ ਅਫਾਰ ਟਰੈ, ਕਹਿੰਦੇ ਵੀ ਅਫਾਰ ਅਸਹਿ ਨਾ ਸਹਾਰਿਆ ਜਾਣ ਵਾਲਾ ਜਿਹੜਾ ਭਾਰ ਏ, ਉਹ ਦੂਰ ਹੋ ਜਾਂਦਾ ਹੈ, ਭਾਵ ਸਾਰੇ ਪਾਪ ਮਿਟ ਜਾਂਦੇ ਹਨ। ਜਾਂ ਅਫਰਿਓ ਭਾਰ ਅਫਾਰ ਟਰੈ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜੋ ਅਫਰਿਓ ਨਾ ਫੜਿਆ ਜਾਣ ਵਾਲਾ, ਨਾ ਪਕੜੇ ਜਾਣ ਵਾਲਾ ਜਿਹੜਾ ਔਗਣਾ ਪਾਪਾਂ ਦਾ ਬੋਝ ਸੀ ਨਾ, ਜਿਹੜਾ ਜੀਵ ਕੋਲ ਫੜਿਆ ਨਹੀਂ ਚੱਕਿਆ ਨਹੀਂ ਸੀ ਜਾਂਦਾ, ਉਹ ਭਾਰ ਨਾਮ ਦੁਆਰਾ, ਅਫਾਰ ਨਾ ਪਕੜੇ ਜਾਣ ਵਾਲਾ ਪਾਪਾਂ ਔਗਣਾਂ ਦਾ ਭਾਰ ਵੀ ਉਹ ਟਲੇ ਟਲ ਜਾਂਦਾ, ਦੂਰ ਹੋ ਜਾਂਦਾ ਏ। ਰਹਾਉ ਤੇ ਗੁਣ ਵਿਸਰ ਗਏ ਅਪਰਾਧੀ, ਪਰਮੇਸ਼ਰ ਦੇ ਸਨਮੁਖ ਬੇਨਤੀ ਆ, ਹੇ ਮਹਾਰਾਜ ਜਿਹੜਾ ਤੂੰ ਮਾਤਾ ਦੇ ਉਧਰ ਵਿੱਚ ਵੀ ਸਾਡੀ ਪਾਲਣਾ ਕੀਤੀ, ਮਹਾਰਾਜ ਮੈਂ ਅਪਰਾਧੀ ਜਿਹੜਾ ਹਾਂ, ਤੇ ਗੁਣ ਵਿਸਰ ਗਏ ਅਪਰਾਧੀ, ਅਪਰਾਧੀ ਕਹਿੰਦੇ ਨੇ ਗੁਨਾਹਗਾਰ ਨੂੰ, ਮੈਨੂੰ ਮਹਾਰਾਜ ਗੁਨਾਹਗਾਰ ਨੂੰ, ਅਪਰਾਧੀ ਨੂੰ ਤੇਰੇ ਉਹ ਸਾਰੇ ਹੀ ਮਾਤਾ ਦੇ ਪੇਟ ਵਿੱਚ ਉਧਰ ਦੇ ਵਿੱਚ ਪਾਲਣਾ ਕਰਨੀ, ਰੋਜੀ ਪਹੁੰਚਾਉਣੀ, ਸਵਾਸ ਸਾਧਕ ਦੇ ਜਿੰਨੇ ਵੀ ਪਾਰੇ ਉਪਕਾਰ ਸਾਰੇ ਭੁੱਲ ਗਏ ਹਨ। ਮੈਂ ਬੌਰਾ ਕਿਆ ਕਰੋ ਹਰੇ, ਹੇ ਹਰੀ ਪਾਤਸ਼ਾਹ ਮੈਂ ਬੌਰਾ ਕਮਲਾ ਝੱਲਾ ਹੋ ਗਿਆ ਹਾਂ ਮੋਹ ਮਾਇਆ ਦੇ ਵਿੱਚ, ਮਮਤਾ ਕਰਕੇ ਹੰਕਾਰ ਕਰਕੇ ਮੈਂ ਝੱਲਾ ਹੋ ਰਿਹਾ, ਹੁਣ ਮੈਂ ਕੀ ਕਰਾਂ? ਪਾਪ ਤੇਰੇ ਉਪਕਾਰ ਤੇਰੇ ਗੁਣ ਭਲਾਈ ਬੈਠਾ ਹਾਂ। ਤੂੰ ਦਾਤਾ ਦਇਆਲ ਸਭੈ ਸਿਰ, ਤੇ ਫਿਰ ਪਾਤਸ਼ਾਹ ਕਹਿੰਦੇ ਤੂੰ ਦਾਤਾ, ਹੇ ਮਹਾਰਾਜ ਤੂੰ ਸਾਰੇ ਯੁਗਾਂ ਦੇ ਵਿੱਚ ਦਾਤਾ ਹੈ, ਦਾਤਾ ਦੇਣ ਨੂੰ ਦਇਆਲ, ਫਿਰ ਦਇਆ ਦਾ ਘਰ ਹੈ, ਸਭੈ ਸਿਰ ਸਾਰਿਆਂ ਤੋਂ ਮਹਾਰਾਜ ਸ਼੍ਰੋਮਣੀ ਹੈ, ਸਾਰਿਆਂ ਦੇ ਸਿਰ ਦਾ ਮਾਲਕ ਹੈ। ਅਹਿਨਿਸ ਦਾਤ ਸਮਾਰ ਕਰੇ, ਅਹਿਨਿਸ ਦਾਤ ਸਮਾਰ ਕਰੇ, ਅਹਿਨਿਸ ਰਾਤ ਤੇ ਦਿਨ ਸਾਰਿਆਂ ਨੂੰ ਹੀ ਵਾਹਿਗੁਰੂ ਦਾਤਾਂ ਦੇ ਕੇ ਸੰਭਾਲਣਾ ਕਰੇ ਕਰਦਾ ਏ। ਚਾਰ ਪਦਾਰਥ ਲੈ ਜਗ ਜਨਮਿਆ, ਇਹ ਜਿਹੜਾ ਜੀਵ ਹੈ
ਇਹ ਵਾਹਿਗੁਰੂ ਦੇ ਕੋਲੋਂ ਚਾਰ ਪਦਾਰਥ, ਧਰਮ, ਅਰਥ, ਕਾਮ ਅਤੇ ਮੋਖ, ਇਹ ਪਦਾਰਥ ਲੈਣ ਵਾਸਤੇ, ਪ੍ਰਾਪਤ ਕਰਨ ਵਾਸਤੇ ਜਗਤ ਸੰਸਾਰ ਵਿੱਚ ਜਨਮ ਲੈ ਕੇ ਆਇਆ ਸੀ, ਜਨਮ ਧਾਰਿਆ ਸੀ ਇਸਨੇ। ਸ਼ਿਵ ਸ਼ਕਤੀ ਘਰ ਵਾਸ ਧਰੇ। ਪਰ ਉਹ ਮਾਲਕ ਚੌਵੇਂ ਪਦਾਰਥ ਜਾਂ ਦੂਜਾ ਅਰਥ ਐਵੇਂ ਵੀ ਕਹਿੰਦੇ ਵੀ ਚਾਰ ਪਦਾਰਥ ਲੈ ਕੇ ਜਨਮ ਲੈ ਕੇ ਆਇਆ ਸੀ ਜਗਤ ਵਿੱਚ, ਭਾਵ ਸਾਰੀਆਂ ਹੀ ਵਸਤੂਆਂ ਵਾਹਿਗੁਰੂ ਕੋਲ ਲੈ ਕੇ ਆਇਆ, ਪਰ ਨਾਮ ਭੁਲਾ ਦਿੱਤਾ ਸ਼ਿਵ ਸ਼ਕਤੀ ਘਰ ਵਾਸ ਧਰੇ। ਜੋ ਸੇਵ ਨਾਮ ਹੈ ਈਸ਼ਰ ਕਲਿਆਣ ਸਰੂਪ ਪਰਮੇਸ਼ਰ ਦਾ, ਅਤੇ ਸ਼ਕਤੀ ਨਾਮ ਹੈ ਮਾਇਆ ਦਾ। ਕਹਿੰਦੇ ਵੀ ਜੋ ਪਰਮੇਸ਼ਰ ਨੇ ਸ਼ਕਤੀ ਮਾਇਆ ਸਫਲ ਹੋ ਕੇ ਮਾਇਆ ਦੁਆਰਾ ਸੰਸਾਰ ਰੂਪੀ ਘਰ ਬਣਾਇਆ ਹੈ ਨਾ, ਉਸ ਘਰ ਦੇ ਵਿੱਚ ਹੀ ਵਾਸ ਧਰੇ ਜੀਵ ਆਪਣਾ, ਇਹਨੇ ਵਾਸਾ ਧਰ ਲਿਆ, ਭਾਵ ਉੱਥੇ ਹੀ ਆਪਣੀ ਰਿਹਾਇਸ਼ ਕਰ ਲਈ। ਸ਼ਿਵ ਕਲਿਆਣ ਸਰੂਪ ਪਰਮੇਸ਼ਰ ਨੂੰ ਤਾਂ ਭੁਲਾ ਤਾ ਕਿ ਸ਼ਕਤੀ ਮਾਇਆ ਦੇ ਘਰ ਭਾਵ ਪਦਾਰਥ ਜਗਤ ਦੇ ਮੋਹ ਦੇ ਵਿੱਚ ਹੀ ਆਪਣਾ ਨਿਵਾਸ ਬਣਾ ਲਿਆ ਹੈ। ਲਾਗੀ ਭੂਖ ਮਾਇਆ ਮਗ ਜੋ ਹੈ। 1014 ਅੰਗ ਤੇ ਮਹਾਰਾਜ ਸਾਹਿਬ ਕਹਿੰਦੇ ਲਾਗੀ ਭੂਖ ਮਾਇਆ ਮਗ ਜੋ ਹੈ, ਇਸ ਜੀਵ ਨੂੰ ਤ੍ਰਿਸ਼ਨਾ ਰੂਪੀ ਭੁੱਖ ਲੱਗੀ ਹੋਈ ਹੈ ਹਰ ਸਮੇਂ। ਮਾਇਆ ਦੀ ਪ੍ਰਾਪਤੀ ਵਾਲਾ ਹੀ ਜਿਹੜਾ ਮਗ ਰਸਤਾ, ਜੋ ਇਹ ਵੇਖਦਾ ਰਹਿੰਦਾ ਵੀ ਇੱਧਰੋਂ ਕੁਝ ਮਿਲ ਜੇ, ਉੱਧਰੋਂ ਕੁਝ ਬਣ ਜੇ, ਬਸ ਪੈਸਿਆਂ ਨੂੰ ਪ੍ਰਾਪਤ ਕਰਨ ਵਾਲੇ ਰਾਹ ਤੱਕਦਾ ਹੈ। ਮੁਕਤ ਪਦਾਰਥ ਮੋਹੇ ਖਰੇ। ਤੇ ਜੋ ਮੁਕਤੀ ਰੂਪੀ ਪਦਾਰਥ ਸੀ ਮੋਹੇ ਖਰੇ, ਉਹ ਮਾਇਆ ਦੇ ਮੋਹ ਨੇ ਇਸ ਦੇ ਕੋਲੋਂ ਮੁਕਤੀ ਰੂਪੀ ਪਦਾਰਥ ਜਿਹੜਾ ਹੈ ਨਾ ਖਰੇ ਖਰ ਲਿਆ ਹੈ, ਭਾਵ ਖੋਹ ਲਿਆ, ਨਾਸ਼ ਕਰ ਦਿੱਤਾ ਹੈ। ਜਾਂ ਮੁਕਤ ਪਦਾਰਥ ਮੋਹੇ ਖਰੇ, ਮੋਹ ਆਦਿਕ ਜਿਹੜੇ ਵਿਕਾਰ ਹਨ ਇਹ ਜੀਵ 'ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਵੀ ਹਾਵੀ ਹੋ ਗਏ ਨੇ, ਅਤੇ ਜਿਹੜਾ ਮੁਕਤੀ ਰੂਪੀ ਪਦਾਰਥ ਸੀ ਉਹ ਇਹ ਲੁਟਾ ਕਰਕੇ ਖਰੇ ਨਾਮ ਖੜਾਉਣ ਦਾ ਹੈ, ਵੀ ਇਹ ਲੁਟਾਈ ਬੈਠਾ ਹੈ, ਮੁਕਤੀ ਦਾ ਜਿਹੜਾ ਦੁਆਰ ਸੀ ਉਹ ਗਵਾ ਲਿਆ ਹੈ ਨੇ, ਤੇ ਮੋਹ ਮਾਇਆ ਵਿੱਚ ਫਸ ਗਿਆ ਏ। ਕਰਨ ਪਲਾਵ ਕਰੇ ਨਹੀਂ ਪਾਵੈ। ਫਿਰ ਮਾਇਆ ਵਾਸਤੇ ਨਾ ਕਰਨ ਪਲਾਵ ਕਰੇ ਨਹੀਂ ਪਾਵੈ, ਸਾਰੀ ਉਮਰ ਮਾਇਆ ਵਾਸਤੇ ਹੀ, ਮਾਇਆ ਦੀ ਪ੍ਰਾਪਤੀ ਲਈ ਕਰਨ ਪਲਾਵ ਹੁੰਦੇ ਵੀ ਕਰਨ ਕੀਰਨੇ ਦੇ ਪਲਾਵ, ਚੰਗੀ ਤਰ੍ਹਾਂ ਦੇ ਯਤਨ, ਹਾਏ ਪੌਰਿਆ ਮਚਾ ਦੇਣੀ, ਮਰ ਗਏ, ਲੁੱਟੇ ਗਏ, ਮੇਰਾ ਕੁਝ ਬਣਿਆ ਨਾ, ਇੱਦਾਂ ਦੇ ਜਿਹੜੇ ਕੀਰਨੇ ਹੁੰਦੇ ਇਹਨਾਂ ਨੂੰ ਕਰਨ ਪਲਾਵ ਕਹਿ ਦਿੰਦੇ ਨੇ, ਕਰਨ ਪਲਾਹ ਇਹਨਾਂ ਵੀ ਆਉਂਦਾ ਪਾਠ ਕਈ ਥਾਵਾਂ 'ਤੇ। ਇਹ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਕਰਨ ਪਲਾਵ ਕਰੇ, ਇਸ ਪ੍ਰਕਾਰ ਦੇ ਨਾਲ ਮਾਇਆ ਦੀ ਪ੍ਰਾਪਤੀ ਲਈ ਬੜੇ ਯਤਨ ਕਰਦਾ ਹੈ ਨਹੀਂ ਪਾਵੈ, ਪਰ ਜਿੰਨੀ ਚਾਹੀਦੀ ਹੁੰਦੀ ਨਾ, ਜਿਹਦੇ ਤਸੱਲੀ ਆਵੇ, ਤਸੱਲੀ ਮੁਤਾਬਕ ਇਹਨੂੰ ਪ੍ਰਾਪਤੀ ਨਹੀਂ ਹੁੰਦੀ, ਕਦੀ ਸੰਤੁਸ਼ਟ ਨਹੀਂ ਹੁੰਦਾ ਜੋ ਵੀ ਪਦਾਰਥ ਮਿਲ ਜੇ। ਇਤ ਉਤ ਢੂਡਤ ਥਾਕ ਪਰੇ। ਇਤ ਉਤ ਢੂਡਤ ਥਾਕ ਪਰੇ, ਫਿਰ ਇੱਧਰ ਉੱਧਰ ਮਾਇਆ ਨੂੰ ਢੂਡਤ ਢੂੰਡਦਾ ਖੋਜਦਾ ਰਹਿੰਦਾ ਹੈ ਵੀ ਇੱਧੋਂ ਚਾਰ ਪੈਸੇ ਵੱਜ ਜਾਣ, ਇੱਥੋਂ ਕਿਤੇ ਮਿਲ ਜਾਣ, ਇਸ ਤਰ੍ਹਾਂ ਥਾਕ ਪਰੇ ਥੱਕ ਪੈਂਦਾ, ਭਾਵ ਕਿ ਅਖੀਰ ਮਰਨਾ ਹੋ ਜਾਂਦਾ ਏ, ਪਰ ਮਾਇਆ ਦੀ ਸੰਤੁਸ਼ਟੀ ਨਹੀਂ ਹੁੰਦੀ ਜੀ ਪਾਸੋਂ। ਕਾਮ ਕ੍ਰੋਧ ਅਹੰਕਾਰ ਵਿਆਪੇ। ਕਾਮ ਮੰਦ ਦ੍ਰਿਸ਼ਟੀ, ਕ੍ਰੋਧ ਗੁੱਸੇ ਵਾਲਾ ਸੁਭਾਵ, ਅਹੰਕਾਰ ਗੁਣਾਂ ਦਾ ਅਹੰਕਾਰ, ਜਾਤੀ ਦਾ ਅਹੰਕਾਰ, ਇਹਨਾਂ ਵਿਕਾਰਾਂ ਵਿੱਚ ਹੀ ਵਿਆਪੇ ਜੀਵ ਲੱਗਿਆ ਹੋਇਆ ਹੈ। ਕੂੜ
ਕੁਟੰਬ ਸਿਉ ਪ੍ਰੀਤ ਕਰੇ। ਝੂਠੇ ਪਦਾਰਥਾਂ ਦੇ ਨਾਲ ਕੁਟੰਬ ਪਰਿਵਾਰ ਦੇ ਮੋਹ ਦੇ ਨਾਲ ਮਨ ਸਿਉ ਪ੍ਰੀਤ ਕਰੇ। ਬਸ ਝੂਠ ਬੋਲਣ ਦੇ ਪਰਿਵਾਰ ਨਾਲ ਹੀ ਮਨ ਦੀ ਪ੍ਰੀਤ ਕਰਦਾ ਹੈ, ਬਸ ਆਪਣੇ ਤਿਕਰੀ ਸੀਮਤ ਹੋਇਆ ਹੈ। ਖਾਵੈ ਭੋਗੈ ਸੁਣ ਸੁਣ ਦੇਖੈ, ਰਸਾਂ ਨੂੰ ਪਦਾਰਥਾਂ ਨੂੰ ਖਾਵੈ ਖਾਂਦਾ ਹੈ, ਭੋਗੈ ਪਰਾਏ ਸਰੀਰਾਂ ਨੂੰ ਭੋਗਦਾ ਏ, ਸੁਣ ਸੁਣ ਫਿਰ ਕੰਨਾਂ ਨਾਲ ਆਪਣੀ ਨਿੰਦਿਆ ਕਿਸੇ ਦੀ ਨਿੰਦਿਆ ਸੁਣ ਕੇ ਖੁਸ਼ ਹੁੰਦਾ ਅਤੇ ਆਪਣੀ ਵਡਿਆਈ ਸੁਣਦਾ ਬੜਾ ਖੁਸ਼ ਹੁੰਦਾ ਹੈ, ਜਾਂ ਕੰਨਾਂ ਦੁਆਰਾ ਗੰਦੇ ਗੀਤ ਗੰਦੇ ਬੋਲ ਸੁਣ ਸੁਣ ਕੇ ਬੜਾ ਖੁਸ਼ ਹੁੰਦਾ ਦੇਖੈ, ਅਤੇ ਅੱਖਾਂ ਦੇ ਨਾਲ ਪਰਾਏ ਰੂਪ ਰੰਗ ਤਮਾਸ਼ੇ ਵੇਖਦਾ ਹਰ ਸਮੇਂ ਜੀਵ। ਬਹਿਰ ਦਿਖਾਵੈ ਕਾਲ ਘਰੇ, ਬਹਿਰ ਦਿਖਾਵੈ ਫਿਰ ਚੰਗੇ ਚੰਗੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਕੱਪੜੇ ਪਹਿਨ ਕੇ ਨਾ ਵਸਤਰ ਪਾ ਕੇ ਤਰ੍ਹਾਂ ਤਰ੍ਹਾਂ ਦੇ ਭੇਖ ਬਣਾ ਬਣਾ ਕੇ ਦਿਖਾਵੈ, ਲੋਕਾਂ ਨੂੰ ਵਿਖਾਉਂਦਾ ਵੀ ਲੋਕ ਕਹਿਣ ਵੀ ਬੜਾ ਸੋਹਣਾ, ਇਹਨੇ ਤਾਂ ਬਹੁਤ ਸੋਹਣੇ ਰਿਵਾਜ਼ ਦੇ ਫੈਸ਼ਨ ਦੇ ਕੱਪੜੇ ਪਾਏ ਨੇ। ਇਸ ਤਰ੍ਹਾਂ ਆਪਣੀਆਂ ਕੱਪੜੇ ਪਾ ਪਾ ਕੇ ਚੰਗੇ ਚੰਗੇ ਪਹਿਰ ਦਿਖਾਵੈ ਲੋਕਾਂ ਨੂੰ ਵਿਖਾਉਂਦਾ ਹੈ। ਕਾਲ ਘਰੇ ਪਰੰਤ ਨੂੰ ਕਾਲ ਮੌਤ ਦੇ ਘਰੇ ਘਰ ਸੰਸਾਰ 'ਚ ਹੀ ਨਾਸ਼ ਹੋ ਜਾਂਦਾ, ਕਾਲ ਘਰੇ ਕਾਲ ਦੇ ਘਰ ਦੇ ਵਿੱਚ ਭਾਵ ਮੌਤ ਦੇ ਘਰ ਵਿੱਚ ਹੀ ਵਾਸਾ ਹੈ ਨਾ, ਜਗ ਦੇ ਅੰਦਰ ਨਾਸ਼ ਹੀ ਹੋਵੇਗਾ ਨਾ, ਕਾਲ ਅਵਸ਼ ਹੋਵੇਗਾ ਮੌਤ ਅਵਸ਼ ਆਵੇਗੀ, ਪਰ ਜੀਵ ਇਹਨਾਂ ਵਿਕਾਰਾਂ 'ਚ ਲੱਗਾ ਰੱਬ ਨੂੰ ਭੁਲਾਈ ਬੈਠਾ ਏ। ਬਿਨ ਗੁਰ ਸ਼ਬਦ ਨਾ ਆਪ ਪਛਾਣੈ, ਬਿਨ ਗੁਰ ਸ਼ਬਦ ਸਤਿਗੁਰਾਂ ਦੇ ਸ਼ਬਦ ਉਪਦੇਸ਼ ਨੂੰ ਕਮਾਏ ਤੋਂ ਬਗੈਰ ਨਾ ਆਪ ਪਛਾਣੈ, ਜੀਵ ਆਪਣੇ ਸਰੂਪ ਦੇ ਆਨੰਦ ਨੂੰ ਆਪਣੇ ਆਪ ਨੂੰ ਵੀ ਮੈਂ ਕੌਣ ਹਾਂ ਇਸ ਗੱਲ ਨੂੰ ਪਛਾਣਦਾ ਸਮਝਦਾ ਹੀ ਨਹੀਂ ਹੈ। ਬਿਨ ਹਰ ਨਾਮ ਨਾ ਕਾਲ ਟਰੇ, ਤੇ ਹਰ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਮਹਾਰਾਜ ਜੀ ਕਹਿੰਦੇ ਜਿਹੜਾ ਕਾਲ ਮੌਤ ਦਾ ਸਮਾਂ ਵਾਰ ਵਾਰ ਜੰਮਣਾ ਮਰਨਾ ਹੈ ਇਹਦੇ ਸਿਰ ਤੋਂ ਟਲਦਾ ਨਹੀਂ ਹੈ, ਦੂਰ ਨਹੀਂ ਹੁੰਦਾ। ਜੇਤਾ ਮੋਹ ਮੈਂ ਕਰ ਭੁੱਲੇ, ਜੇਤਾ ਮੋਹ ਹਉ ਮੈਂ ਕਰ ਭੁੱਲੇ, ਜਿਨ੍ਹਾਂ ਪਦਾਰਥਾਂ ਦੇ ਮੋਹ ਦੇ ਵਿੱਚ ਫਸੇ ਨੇ ਜੀਵ, ਦੇਹ ਦੀ ਹਉਮੈ ਹੰਗਤਾ ਮਮਤਾ ਕਰਦੇ ਹਨ, ਇਹ ਮੋਹ ਦੇ ਹਉਮੈ ਕਰ ਭੁੱਲੇ ਕਰਕੇ ਵਾਹਿਗੁਰੂ ਨੂੰ ਭੁੱਲੇ ਹੋਏ ਹਨ, ਪਰਮੇਸ਼ਵਰ ਵੱਲੋਂ ਬੇਮੁੱਖ ਹੋਏ ਨੇ। ਮੇਰੀ ਮੇਰੀ ਕਰਤੇ ਚੀਨ ਖਰੇ, ਮੇਰੀ ਮੇਰੀ ਕਰਤੇ ਇਉਂ ਹੀ ਕਰਦੇ ਰਹਿੰਦੇ ਨੇ ਵੀ ਮੇਰੀ ਜਰ ਮੇਰੀ ਜੋਰੂ ਮੇਰੀ ਜ਼ਮੀਨ, ਇੱਦਾਂ ਕਰਦਿਆਂ ਕਰਦਿਆਂ ਨੂੰ ਹੀ ਸ਼ੀਨ ਖਰੇ। ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਸ਼ੀਨ ਖੋਹ ਕੇ ਨਾ ਜਮ ਸੰਬੰਧੀਆਂ ਤੋਂ ਖਰੇ ਖੜਦੇ ਲੈ ਜਾਂਦੇ ਹਨ, ਜੀਵ ਪਦਾਰਥਾਂ ਨੂੰ ਜਫੇ ਮਾਰਦਾ ਰਹਿੰਦਾ ਵੀ ਆਹ ਵੀ ਮੇਰਾ ਉਹ ਵੀ ਮੇਰਾ ਹੈ, ਇਵੇਂ ਮੇਰੀ ਮੇਰੀ ਕਰਦਿਆਂ ਨੂੰ ਹੀ ਮੌਤ ਸਾਰੇ ਪਦਾਰਥ ਖੋਹ ਕੇ ਲੈ ਜਾਂਦੀ ਹੈ, ਭਾਵ ਸਭ ਨਾਸ਼ ਹੋ ਜਾਂਦੇ ਨੇ ਦੂਰ ਹੋ ਜਾਂਦੇ ਹਨ। ਧਨ ਧਨ ਬਿਨ ਸਹਿ 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 ਸਹਿਸਾ, ਧਨ ਧਨ ਬਿਨ ਸਹਿ ਧਨ ਅਤੇ ਧਨ ਇਹ ਨਾਸ਼ ਹੋ ਜਾਂਦੇ ਨੇ, ਸਹਿ ਸਹਿ ਸਹਿਸਾ ਜਿਸ ਧਨ ਪਦਾਰਥ ਦੀ ਪ੍ਰਾਪਤੀ ਦੇ ਵਾਸਤੇ ਜੀਵ ਸੰਸਿਆਂ ਦੇ ਵਿੱਚ ਹੀ ਚਿੰਤਾ ਦੇ ਵਿੱਚ ਹੀ ਫਿਰਦਾ ਸੀ ਨਾ ਸਾਰੀ ਉਮਰ, ਮੈਂ ਤਨ ਨੂੰ ਕਿਵੇਂ ਸਾਂਭਾਂ ਧਨ ਕਿਵੇਂ ਮਿਲੇ, ਉਹ ਤਾਂ ਨਾਸ਼ ਹੋ ਜਾਂਦੇ, ਪਰ ਜਿਨ੍ਹਾਂ ਕਰਕੇ ਸੰਸੇ ਚਿੰਤਾ ਫਿਕਰ ਕਰਦਾ ਰਿਹਾ ਚਿੰਤਨ ਨਾ ਕੀਤਾ, ਉਹ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਦੁਖੀ ਕਰਦੇ ਨੇ। ਜਾਂ ਤਨ ਧਨ ਬਿਨ ਸਹਿ 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 ਸਹਿਸਾ
ਧਨ ਅਤੇ ਧਨ ਨਾਸ ਹੋ ਜਾਂਦਾ ਹੈ ਅਤੇ ਜੀਵ ਦੇ ਪੱਲੇ ਸੰਸਾ ਹੀ ਸੰਸਾ ਚਿੰਤਾ ਫਿਕਰ ਹੀ ਰਹਿ ਜਾਂਦੇ ਹਨ। ਫਿਰ ਪਛਤਾਵੇ ਮੁਖ ਧੂਰ ਪਰੇ, ਫਿਰ ਪਛਤਾਉਂਦਾ ਹੈ ਵੀ ਨਾਮ ਨਹੀਂ ਜਪਿਆ। ਕਦੋਂ ਪਛਤਾਉਂਦਾ? ਮੁਖ ਧੂਰ ਪਰੇ, ਜਦੋਂ ਪਰਲੋਕ ਵਿੱਚ ਗਏ ਦੇ ਮੂੰਹ ਦੇ ਉੱਤੇ ਲਾਹਣਤਾਂ ਰੂਪੀ ਬੇਚੀ ਰੂਪੀ ਧੂੜੀ ਸਵਾਹ ਪੈਂਦੀ ਹੈ ਨਾ, ਫਿਰ ਕਹਿੰਦਾ ਵੀ ਨਾਮ ਜਪ ਲੈਂਦਾ। ਬਿਰਧ ਭਇਆ ਜੋਵਨ ਤਨ ਖਿਸਿਆ, ਮਹਾਰਾਜ ਅਵਸਥਾ ਦੱਸਦੇ ਨੇ ਵੀ ਬੰਦਾ ਇਹ ਨਹੀਂ ਹੈ ਵੀ ਜਵਾਨੀ ਦੀ ਅਵਸਥਾ 'ਚ ਉਦੋਂ ਤਾਂ ਭੁੱਲਿਆ ਹੁੰਦਾ ਵੀ ਚਲੋ ਨਾਮ ਨਹੀਂ ਜਪਦਾ, ਇਹ ਬੜੇਪੇ ਤਿਕਰ ਵੀ ਜਿਹੜੇ ਬੇਮੁੱਖ ਹੋਏ ਨੇ ਨਾ, ਮਨ ਮੁੱਖ ਚੇਤੇ ਨਹੀਂ ਕਰਦੇ। ਬਿਰਧ ਭਇਆ, ਜਦੋਂ ਜੀਵ ਬੁੱਢਾ ਹੋ ਗਿਆ, ਜੋਬਨ ਤਨ ਖਿਸਿਆ, ਅਤੇ ਤਦੋਂ ਜੋਬਨ ਜਵਾਨੀ ਜਿਹੜੀ ਸੀ ਨਾ ਉਹ ਤਨ ਸਰੀਰ ਤੋਂ ਖਿਸਿਆ ਖਿਸਕ ਗਈ, ਜਵਾਨੀ ਦੂਰ ਹੋ ਗਈ, ਜਵਾਨੀ ਦਾ ਸਮਾਂ ਢਲ ਗਿਆ, ਬੁਢੇਪਾ ਆ ਗਿਆ। ਕਫ ਕੰਠ ਬਿਰੂਦੋ ਨੈਨੋ ਨੀਰ ਟਰੇ, ਕਫ ਕੰਠ ਬਿਰੂਦੋ, ਫਿਰ ਕਫ ਖਾਂਸੀ ਬਲਮ ਬਲਗਮ ਦੇ ਨਾਲ ਜੋ ਕੰਠ ਗਲਾ ਹੈ, ਬਿਰੂਦੋ ਵਿਸ਼ੇਸ਼ ਕਰਕੇ ਹਰ ਸਮੇਂ ਰੁਕਿਆ ਰਹਿੰਦਾ, ਗੱਲ ਹੀ ਨਹੀਂ ਹੁੰਦੀ। ਨੈਨੋ ਨੀਰ ਟਰੇ, ਅੱਖਾਂ ਵਿੱਚੋਂ ਹਰ ਸਮੇਂ ਪਾਣੀ ਢਲਦਾ ਵਗਦਾ ਰਹਿੰਦਾ ਹੈ, ਐਸੀ ਅਵਸਥਾ ਆ ਜਾਂਦੀ ਏ। ਚਰਨ ਰਹੇ ਕਰ ਕੰਪਣ ਲਾਗੇ, ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਵੀ ਜਿਹੜੇ ਚਰਨ ਨੇ ਨਾ ਪੈਰ ਜੀਵ ਦੇ, ਚਰਨ ਰਹੇ ਪੈਰ ਤੁਰਨ ਵੱਲੋਂ ਰਹਿ ਜਾਂਦੇ ਨੇ, ਤੁਰਿਆ ਨਹੀਂ ਜਾਂਦਾ, ਭਾਰ ਨਹੀਂ ਝੱਲਦੇ, ਕਰ ਕੰਪਣ ਲਾਗੇ, ਹੱਥ ਕੰਬਣ ਲੱਗ ਜਾਂਦੇ ਹਨ, ਕੋਈ ਚੀਜ਼ ਫੜਦਾ ਹੈ ਤੇ ਹੱਥੋਂ ਡਿੱਗ ਪੈਂਦੀ ਹੈ। ਸਾਕਤ ਰਾਮ ਨਾਰਿਦੈ ਹਰੇ, ਪਰ ਐਸੀ ਹਾਲਤ ਹੋ ਗਈ ਵੇਖੋ, ਫੇਰ ਵੀ ਜਿਹੜਾ ਸਾਕਤ ਹੈ ਨਾ ਮਨਮੁਖ ਸ਼ਕਤੀ ਦਾ ਉਪਾਸ਼ਕ ਕਠੋਰ ਚਿਤ ਪੁਰਖ, ਸਾਕਤ ਰਾਮ ਨਾਰਿਦੈ ਧਰੇ, ਸਾਕਤ ਪੁਰਖ, ਐਸੀ ਹਾਲਤ ਹੋ ਜਾਂਦੀ ਇਹਨਾਂ ਜੀਵਾਂ ਦੀ ਹਿਰਦੇ 'ਚ, ਫੇਰ ਵੀ ਰਾਮ ਪਰਮੇਸ਼ਰ ਦੇ ਨਾਮ ਨੂੰ ਧਾਰਨ ਕਰਦੇ ਨਹੀਂ, ਸਿਮਰਨ ਨਹੀਂ ਕਰਦੇ, ਮਰਨ ਹੀ ਮਰ ਜਾਂਦੇ ਹਨ, ਇਹੋ ਜਿਹੇ ਬੇਮੁਖ ਹੋਏ ਹਨ। ਸੁਰਤ ਗਈ ਕਾਲੀ ਹੂੰ ਧੌਲੇ, ਸੁਰਤ ਗਈ, ਸੁਰਤ ਗਿਆਤ ਹੋਸ਼ ਜਾਦਾਸ਼ਤ, ਸੁਰਤ ਵੀ ਜਿਹੜੀ ਜੀਵਾਂ ਦੀ ਚਲੇ ਗਈ ਹੈ, ਜਿੱਥੇ ਕੋਈ ਪਦਾਰਥ ਰੱਖਿਆ ਉਹਦਾ ਚੇਤਾ ਹੀ ਭੁੱਲ ਗਿਆ ਵੀ ਕਿੱਥੇ ਰੱਖਿਆ ਹੈ, ਚੇਤਾ ਹੀ ਨਹੀਂ ਆਉਂਦਾ। ਕਾਲੀ ਹੂ ਧੌਲੇ, ਅਤੇ ਕਾਲੀ ਕਾਲੇ ਕੇਸਾਂ ਤੋਂ, ਹੂ ਵਿਸ਼ੇਸ਼ ਕਰਕੇ ਤੋਂ, ਧੌਲੇ ਕਹਿੰਦੇ ਚਿੱਟੇ ਕੇਸ ਹੋ ਜਾਂਦੇ ਹਨ, ਭਾਵ ਕੇ ਕਾਲਿਆਂ ਤੋਂ ਬੱਗੇ ਹੋ ਗਏ, ਸਭ ਚਿੱਟੇ ਹੋ ਗਏ। ਕਿਸੈ ਨਾ ਭਾਵੈ ਰੱਖਿਓ ਘਰੇ, ਕਿਸੈ ਨਾ ਭਾਵੈ ਰੱਖਿਓ ਘਰੇ, ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਵੀ ਘਰੇ ਘਰ ਵਿੱਚ ਰੱਖਿਓ, ਰੱਖਿਆ ਹੋਇਆ ਨਾ ਐਸੀ ਬਿਰਧ ਅਵਸਥਾ ਦੇ ਵਿੱਚ, ਕਿਸੇ ਨਾ ਭਾਵੇ, ਕਿਸੇ ਨੂੰ ਵੀ ਭਾਵੇ ਭਾਉਂਦਾ ਚੰਗਾ ਹੀ ਨਹੀਂ ਲੱਗਦਾ, ਜਦੋਂ ਐਨ ਸਰੀਰ ਨਕਾਰਾ ਹੋ ਜਾਂਦਾ ਏ, ਪਰਿਵਾਰ ਵਾਲੇ ਧੀਆਂ ਪੁੱਤ ਪੋਤਰੇ ਦੋਤਰੇ ਕੋਈ ਵੀ ਘਰੇ ਰੱਖਣਾ ਚਾਹੁੰਦਾ ਹੀ ਨਹੀਂ ਹੈ, ਜੇ ਕਿਤੇ ਦੋ ਤਿੰਨ ਪੁੱਤਰ ਹੋਣ ਫਿਰ ਇੱਧਰ ਉੱਧਰ ਵੀ ਹੁਣ ਉਹਦੀ ਵਾਰੀ ਹੈ, ਕਈ ਥਾਵਾਂ 'ਤੇ ਇੱਦਾਂ ਚੱਲਦਾ ਵੀ ਵਾਰੀ ਵਾਰੀ ਨਾ ਬਜ਼ੁਰਗਾਂ ਨੂੰ ਸਾਂਭਦੇ ਹਨ, ਕਈ ਐਸੇ ਨੇ ਜਿਹੜੇ ਬਿਰਧ ਘਰਾਂ ਦੇ ਵਿੱਚ ਹੀ ਸਿੱਟ ਦਿੰਦੇ ਨੇ। ਅਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇੱਥੇ ਹਾਲਾਤ ਦੱਸ ਰਹੇ ਵੀ ਬੰਦੇ ਦੀ ਐਸੀ ਬੁਰੀ ਹਾਲਤ ਹੋ ਜਾਂਦੀ ਵੀ ਕੁਝ ਸੁੱਝਦਾ ਉੜਦਾ ਨਹੀਂ ਹੈ, ਅਤੇ ਇਹਨੂੰ ਘਰ ਵਿੱਚ ਰੱਖਣਾ ਕੋਈ ਪਸੰਦ ਨਹੀਂ ਕਰਦਾ, ਹਰ ਕੋਈ ਕਹਿੰਦਾ ਵੀ ਇਹ ਮਰ ਜੇ ਗਲੋਂ ਲੱਥ ਜਾਵੇ। ਬਿਸਰਤ ਨਾਮ ਐਸੇ ਦੁੱਖ ਲਾਗੈ, ਪਰ ਪਰਮੇਸ਼ਰ ਦਾ ਨਾਮ ਫੇਰ ਵੀ ਨਹੀਂ ਜਪਦਾ,
ਬਿਸਰਤ ਨਾਮ। ਵਾਹਿਗੁਰੂ ਦੇ ਨਾਮ ਦੇ ਭੁੱਲਣੇ ਕਰਕੇ ਐਸੇ ਦੋਖ ਲੱਗੇ, ਇਹੋ ਜਿਹੇ ਦੋਸ਼ ਕਲੰਕ ਲੱਗ ਜਾਂਦੇ ਹਨ ਜੀਵਾਂ ਦੇ ਉੱਪਰ। ਜਮ ਮਾਰ ਸਮਾਰੇ ਨਰਕ ਖਰੇ, ਜਿਨ੍ਹਾਂ ਦੋਸ਼ਾਂ ਕਰਕੇ ਨਾ ਜਮ ਮਾਰ ਸਮਾਰੇ, ਜਮ ਜਿਹੜੇ ਅੰਤ ਨੂੰ ਮਾਰ ਮਾਰ ਕੇ ਸੰਭਾਰੇ ਸੰਭਾਲ ਲਵੇਗਾ, ਭਾਵ ਚੁੱਕੇ ਲੈ ਜਾਂਦੇ ਨੇ, ਮਾਰਦੇ ਨੇ, ਸਜ਼ਾ ਮਿਲਦੀ ਹੈ ਨਰਕ ਖਰੇ। ਖਰੇ ਨਾਮ ਹੈ ਖੜਨ ਦਾ, ਲਿਜਾਣ ਦਾ, ਤੇ ਨਰਕਾਂ ਦੇ ਵਿੱਚ ਹੀ ਲੈ ਕੇ ਜਾਂਦੇ ਹਨ ਜਾਂ ਲੈ ਜਾਵੇਗਾ। ਪੂਰਬ ਜਨਮ ਕੋ ਲੇਖ ਨਾ ਮਿਟੇ, ਪਾਤਸ਼ਾਹ ਕਹਿੰਦੇ ਭਾਈ ਇਹਨਾਂ ਜੀਵਾਂ ਦੇ ਵੀ ਕੀ ਵੱਸ ਹੈ, ਇਹਨੇ ਮੰਦੇ ਕਰਮੀ ਇਹਨਾਂ ਇੰਨੇ ਕਰ ਲਏ ਵੀ ਉਹ ਹੁਣ ਇਹਨਾਂ ਦੀ ਕਿਰਤ ਬਣ ਗਈ ਹੈ। ਪੂਰਵਲੇ ਜਨਮਾਂ 'ਚ ਕੀਤੇ ਮਾੜੇ ਕਰਮਾਂ ਦਾ, ਸੰਸਕਾਰਾਂ ਦਾ ਲੇਖ ਇਹ ਹੁਣ ਮਿਟੇ ਹੀ ਮਿਟਦਾ ਨਹੀਂ ਹੈ ਗੁਰਾਂ ਦੀ ਸ਼ਰਨ ਪਏ ਤੋਂ ਬਗੈਰ। ਜਨਮ ਮਰੇ ਕਾ ਕੋ ਦੋਸ਼ ਧਰੇ, ਇਹਨਾਂ ਮੰਦੇ ਕਰਮਾਂ ਕਰਕੇ ਜੀਵ ਜੰਮਦਾ ਹੈ, ਮਰਦਾ ਏ, ਦੁੱਖ ਸਹਿੰਦਾ ਏ, ਦੁੱਖ ਸੁੱਖ ਦੇ ਵਿੱਚ ਲੱਗਾ ਹੋਇਆ, ਜਨਮ ਮਰੇ, ਜੰਮਦਾ ਮਰਦਾ ਹੈ, ਕਾ ਕੋ ਦੋਸ਼ ਧਰੇ, ਵੀ ਹੁਣ ਦੱਸੋ ਕਿਹਨੂੰ ਇਹ ਦੋਸ਼ ਧਰੇਗਾ, ਕਿਹਦੇ 'ਤੇ ਦੋਸ਼ ਆਰੋਪੇਗਾ ਵੀ ਇਹ ਫਲਾਨੇ ਦਾ ਕਰਕੇ ਮੈਨੂੰ ਦੁੱਖ ਮਿਲਿਆ। ਕਿਉਂਕਿ ਸਾਡੀ ਹਾਲਤ ਇਹੀ ਹੈ ਨਾ, ਕੋਈ ਵੀ ਕੰਮ ਹੋਵੇ ਕਹਿੰਦੇ ਵੀ ਇਹ ਫਲਾਨੇ ਨੇ ਵਿਗਾੜਤਾ। ਸਾਹਿਬ ਕਹਿੰਦੇ ਜਦੋਂ ਤੂੰ ਆਪ ਹੀ ਨਹੀਂ ਗੁਰਾਂ ਦੀ ਸ਼ਰਨ ਆ ਕੇ ਨਾਮ ਜਪਦਾ, ਜੰਮ ਤਾਂ ਫਿਰ ਮਾਰਨਗੇ, ਸਜ਼ਾ ਤਾਂ ਮਿਲੇਗੀ, ਲੋਕ ਧੱਕੇ ਦੇਣਗੇ, ਫਿਰ ਕਿਹਨੂੰ ਗੁਣ ਦੋਸ਼ ਦੇਵੇਂਗਾ, ਕਿਹਦੇ ਮੱਥੇ 'ਤੇ ਆਰੋਪੇਗਾ ਵੀ ਇਹਦਾ ਕਰਕੇ ਹੋ ਰਿਹਾ, ਸਭ ਆਪਣੇ ਹੀ ਮੰਦੇ ਕੀਤੇ ਹੋਏ ਕਰਮਾਂ ਦਾ ਹੀ ਫਲ ਹੈ ਹੁਣ ਭੋਗਣਾ ਕਰ। ਬਿਨ ਗੁਰ ਬਾਤ ਜੀਵਨ ਹੋਰ ਮਰਨਾ, ਬਿਨਾਂ ਸਤਿਗੁਰੂ ਸਾਹਿਬ ਜੀ ਤੋਂ ਬਾਦ ਜੀਵਨ ਹੋਰ ਮਰਨਾ, ਜਮਕੀਆਂ ਨੇ ਬਿਨ ਗੁਰ ਬਾਦ ਜੀਵਨ ਹੋਰ ਮਰਨਾ, ਗੁਰੂ ਸਾਹਿਬ ਦੇ ਉਪਦੇਸ਼ ਕਮਾਏ ਤੋਂ ਬਗੈਰ ਜਿਹੜਾ ਹੋਰ ਜੀਵਨ ਹੈ ਨਾ ਇਹ ਬਾਦ ਵਿਅਰਥ ਹੀ ਹੈ। ਹੋਰ ਮਰਨਾ ਇਹ ਹੋਰ ਆਤਮਕ ਮੌਤ ਦੇ ਵਿੱਚ ਮਰਨਾ ਹੀ ਹੁੰਦਾ, ਹੋਰ ਪਾਸੇ ਜ਼ਿੰਦਗੀ ਲਾਉਣੀ, ਜਾਂ ਕਹਿੰਦੇ ਵੀ ਜੋ ਗੁਰੂ ਸਾਹਿਬ ਦੀ ਸ਼ਰਨ ਆਏ ਤੋਂ ਬਗੈਰ ਮਰਨਾ ਤੇ ਜਿਉਣਾ ਇਹ ਵਿਅਰਥ ਹੀ ਹੈ, ਕਿਸੇ ਲੇਖੇ ਨਹੀਂ ਲੱਗਦੀ ਜ਼ਿੰਦਗੀ। ਬਿਨ ਗੁਰ ਸ਼ਬਦ ਹੈ ਜਨਮ ਜਰੇ, ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਕਮਾਏ ਤੋਂ ਬਗੈਰ ਇਹ ਜੀਵ ਜਨਮ ਜਰੇ, ਜਨਮਾਂ ਦੇ ਵਿੱਚ 84 ਲੱਖ ਜੂਨਾਂ ਦੇ ਵਿੱਚ ਪੈ ਕੇ ਜਰੇ ਸੜਦਾ ਰਹਿੰਦਾ ਹੈ, ਜਾਂ ਵਿਸ਼ੇ ਵਿਕਾਰਾਂ ਦੀ ਅੱਗ ਦੇ ਵਿੱਚ ਹੀ ਇਹਦਾ ਜੀਵਨ ਜਰੇ ਸੜਦਾ ਜਲਦਾ ਰਹਿੰਦਾ ਹਰ ਸਮੇਂ। ਖੁਸ਼ੀ ਖੁਆਰ ਭਏ ਰਸ ਭੋਗਣ, ਜਿਹੜੇ ਜੀਵ ਖੁਸ਼ੀਆਂ ਕਰਦੇ ਨੇ ਰਸਾਂ ਦੇ ਭੋਗਣ ਦੀ, ਖੁਸ਼ੀਆਂ ਦੇ ਵਿੱਚ ਲੱਗੇ ਹੋਏ ਨੇ, ਖੁਸ਼ੀ ਖੁਆਰ ਭਏ ਰਸ ਭੋਗਣ, ਉਹ ਰਸਾਂ ਦੇ ਭੋਗਣ ਦੀ ਖੁਸ਼ੀ ਕਰਕੇ ਫਿਰ ਖੁਆਰ ਖਰਾਬ ਪਰੇਸ਼ਾਨ ਹੀ ਭਏ ਹੋ ਰਹੇ ਨੇ ਨਾ, ਅੰਤ ਨੂੰ ਇਹ ਜੀਵ ਪਰੇਸ਼ਾਨ ਹੀ ਹੋਣਗੇ। ਜੋ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇਹ ਰਸਾਂ ਨੂੰ ਭੋਗਦੇ ਨੇ ਅਤੇ ਖੁਸ਼ੀਆਂ ਮਾਣਦੇ ਨਾ, ਗਲਤ ਢੰਗ ਦੇ ਵਿਸ਼ੇ ਭੋਗਦੇ ਹੋਏ ਇਹ ਖਰਾਬ ਹੀ ਕਰਨਗੇ, ਦੁਖੀ ਕਰਨਗੇ ਇਹਨਾਂ ਨੂੰ। ਉਹ ਕਟ ਕਰਮ ਵਿਕਾਰ ਕਰੇ, ਕਿਉਂਕਿ ਹਰ ਵਕਤ ਜਿਹੜਾ ਜੀਵ ਹੈ ਨਾ ਕਾਮ ਆਦਿਕ ਵਿਕਾਰਾਂ ਨੂੰ ਵਧਾਉਣ ਵਾਲੇ ਫੋਕੇ ਕਰਮਾਂ ਨੂੰ ਕਰਦੇ ਰਹਿੰਦੇ ਜੋ ਦੁਖਦਾਈ ਹਨ। ਨਾਮ ਵਿਸਾਰ ਲੋਭ ਮੂਲ ਖੋਇਓ, ਮਨਮੁਖ ਜੀਵਾਂ ਨੇ ਵਾਹਿਗੁਰੂ ਦਾ ਨਾਮ ਵਿਸਾਰ ਭੁਲਾ ਦਿੱਤਾ ਹੈ, ਨਾਮ ਵਿਸਾਰ ਨਾਮ ਨੂੰ ਭੁਲਾ ਕੇ ਲੋਭ ਮੂਲ ਖੋਇਓ, ਲੋਭ ਲਾਲਚ ਵਿੱਚ ਲੱਗ ਕੇ ਅਤੇ ਜਿਹੜਾ ਮੂਲ ਮੁੱਢ ਸੀ ਨਾ, ਭਾਵ ਜਿਹੜਾ ਆਧਾਰ ਸੀ ਪਰਮੇਸ਼ਰ, ਉਹ ਖੋਇਓ, ਉਹਨੂੰ ਗਵਾ ਲਿਆ, ਜਾਂ ਮੂਲ ਜਿਹੜੇ ਸਵਾਸ ਮਿਲੇ ਹੋਏ ਸਨ ਉਹ ਪਰਮੇਸ਼ਰ ਵੱਲੋਂ ਮਿਲੇ ਹੋਏ ਸਵਾਸ ਜਿਹੜੇ ਸਨ ਉਹਨਾਂ ਨੂੰ ਗਵਾ ਲਿਆ ਹੈ। ਸਿਰ ਧਰਮ ਰਾਏ ਕਾ ਡੰਡ, ਇਸੇ ਕਰਕੇ ਫਿਰ ਮਨਮੁਖਾਂ ਦੇ ਸਿਰ ਦੇ ਉੱਤੇ ਧਰਮ ਰਾਜੇ ਦਾ ਡੰਡਾ
ਧਰਮ ਰਾਜੇ ਦੀ ਮਾਰ ਪੈਂਦੀ ਹੈ, ਉਸ ਵੇਲੇ ਫਿਰ ਸਜ਼ਾ ਮਿਲਦੀ ਹੈ, ਡੰਨ ਮਿਲਦਾ ਹੈ। ਗੁਰਮੁਖ ਰਾਮ ਨਾਮ ਗੁਣ ਗਾਵੇ, ਜਿਹੜੇ ਗੁਰਮੁਖ ਨੇ ਮਹਾਰਾਜ ਸਾਹਿਬ ਕਹਿੰਦੇ ਉਹ ਰਾਮ ਪਰਮੇਸ਼ਰ ਦੇ ਨਾਮ ਨੂੰ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ, ਪਰ ਗਾਉਂਦੇ ਕੌਣ ਨੇ? ਜਾ ਕੋ ਹਰ ਪ੍ਰਭ ਨਜ਼ਰ ਕਰੇ, ਜਿਹੜੇ ਗੁਰੂ ਦੀ ਸ਼ਰਨ ਆਉਂਦੇ ਹਨ, ਜਿਨ੍ਹਾਂ ਉੱਤੇ ਹਰੀ ਪਰਮੇਸ਼ਰ ਪ੍ਰਭੂ ਆਪ ਕਿਰਪਾ ਦ੍ਰਿਸ਼ਟੀ ਕਰਦਾ, ਉਹ ਗੁਰਮੁਖ ਬਣ ਕੇ ਗੁਣ ਗਾਉਂਦੇ ਨਾਮ ਜਪਦੇ ਹਨ। ਤੇ ਨਿਰਮਲ ਪੁਰਖ ਅਪਰੰਪਰ ਪੂਰੇ, ਤੇ ਨਿਰਮਲ ਪੁਰਖ, ਉਹ ਪੁਰਖ ਨਾਮ ਜਪਣ ਵਾਲੇ ਨਿਰਮਲ ਪਵਿੱਤਰ ਜੀਵਨ ਵਾਲੇ ਹਨ, ਅਪਰੰਪਰ ਪੂਰੇ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪਰੇ ਨੇ ਅਤੇ ਪੂਰੇ ਸ਼ੁਭ ਗੁਣਾਂ ਦੇ ਵਿੱਚ ਪੂਰਨ ਹਨ, ਗਿਆਨਵਾਨ ਹਨ ਗੁਰਮੁਖ। ਇਹ ਜਗ ਮੈਂ ਗੁਰ ਗੋਬਿੰਦ ਹਰੇ, ਗੋਬਿੰਦ ਹਰੇ, ਤੇ ਜਗ ਮੈਂ ਗੁਰ ਗੋਬਿੰਦ ਹਰੇ, ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਉਹ ਜਿਹੜੇ ਪੁਰਖ ਨੇ ਨਾ, ਇਹ ਜਗ ਸੰਸਾਰ ਦੇ ਵਿੱਚ ਗੁਰੂ ਸਾਹਿਬ ਜੀ ਦੇ ਨਾਲ ਮਿਲ ਕੇ ਗੋਬਿੰਦ ਜੋ ਸ੍ਰਿਸ਼ਟੀ ਦਾ ਪਾਲਣਹਾਰ ਪਰਮੇਸ਼ਰ ਹੈ, ਉਸ ਹਰੇ ਹਰੀ ਦਾ ਹੀ ਸਰੂਪ ਹੋ ਜਾਂਦੇ ਹਨ। ਜਾਂ ਤੇ ਜਗ ਮਹਿ ਗੁਰ ਗੋਬਿੰਦ ਹਰੇ, ਉਹ ਜਗਤ ਦੇ ਵਿੱਚ ਗੁਰ ਗੋਬਿੰਦ ਹਰੀ ਪਰਮੇਸ਼ਰ ਦੇ ਨਾਮ ਨੂੰ ਸਿਮਰਦੇ ਹਨ, ਉਹ ਨਿਰਮਲ ਨੇ। ਹਰ ਸਿਮਰੋ ਗੁਰਬਚਨ ਸਮਾਰੋ, ਹੇ ਗੁਰਸਿੱਖੋ, ਗੁਰੂ ਦੀ ਮਤ ਲੈ ਕੇ ਹਰੀ ਦਾ ਸਿਮਰਨ ਕਰੋ, ਤੇ ਗੁਰਬਚਨ ਸੰਭਾਰੋ, ਗੁਰਾਂ ਦੇ ਬਚਨਾਂ ਨੂੰ ਸਦਾ ਯਾਦ ਰੱਖੋ ਵੀ ਸਾਡੇ ਪਾਤਸ਼ਾਹ ਨੇ ਬਚਨ ਕੀ ਕਿਹਾ, ਸਾਡੇ ਵਾਸਤੇ ਸਿੱਖਿਆ ਕੀ ਦਿੱਤੀ ਹੈ। ਸੰਗਤ ਹਰ ਜਨ ਭਾਉ ਕਰੇ, ਅਤੇ ਹਰੀ ਦੇ ਜਿਹੜੇ ਜਨ ਨੇ ਨਾ ਪਰਮੇਸ਼ਰ ਦੇ ਪਿਆਰੇ, ਉਹਨਾਂ ਦੀ ਸੰਗਤ ਨਾਲ ਸਰੀਰ ਕਰਕੇ ਭਾਉ ਕਰੇ, ਪ੍ਰੇਮ ਕਰੋ, ਸਤ ਸੰਗਤ ਨਾਲ ਪ੍ਰੇਮ ਕਰੋ, ਹਰੀ ਦੇ ਗੁਣ ਗਾਓ, ਸਿਮਰੋ ਤੇ ਗੁਰਾਂ ਦਾ ਬਚਨ ਚੇਤੇ ਰੱਖੋ। ਹਰ ਜਨ ਗੁਰ ਪ੍ਰਧਾਨ ਦੁਆਰੇ, ਮਹਾਰਾਜ ਸਾਹਿਬ ਜੀ ਕਹਿੰਦੇ ਹੇ ਹਰੀ ਪਾਤਸ਼ਾਹ, ਜੋ ਗੁਰਮੁਖ ਜਨ ਤੇਰਾ ਨਾਮ ਜਪ ਕੇ ਸਲੋਕ ਵਿੱਚ ਕਾਮ ਕ੍ਰੋਧਾਂ ਨੂੰ ਜਿੱਤ ਕੇ ਅੱਗੇ ਤੇਰੇ ਪਰਲੋਕ ਵਿੱਚ ਜਾਂਦੇ ਹੋਏ ਜਮਾਂ ਨੂੰ ਜਿੱਤ ਕੇ ਪ੍ਰਧਾਨ ਦੁਆਰ ਹੈ, ਤੇਰੇ ਸੱਚਖੰਡ ਦਰਵਾਜ਼ੇ ਦੇ ਮੁਖੀ ਹੋਏ ਨੇ, ਪ੍ਰਧਾਨ ਬਣੇ ਹਨ। ਨਾਨਕ ਤਿਨ ਜਨ ਕੀ ਰੇਣ ਹਰੇ, ਹੇ ਹਰੇ ਪਾਤਸ਼ਾਹ ਸਾਹਿਬ ਕਹਿੰਦੇ ਉਹਨਾਂ ਜਨਾਂ ਦੀ ਜੋ ਗੁਰਮੁਖਾਂ ਦੀ ਰੇਣ ਚਰਨ ਧੂੜੀ ਹੈ ਨਾ, ਉਹ ਸਾਨੂੰ ਬਖਸ਼ ਦੇਣਾ ਕਰੋ, ਉਹਨਾਂ ਦੀ ਚਰਨ ਧੂੜੀ ਬਣਾਉਣਾ ਕਰੋ, ਜਿਹੜੇ ਤੇਰੇ ਦਰ ਦੇ ਮੁਖੀ ਹਨ ਨਾਮ ਜਪਣ ਵਾਲੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮੰਗਲਾਚਰਨ ਕਰਦੇ ਨੇ, ਪਹਿਲਾਂ ਇੱਕ ਓਅੰਕਾਰ ਵਾਹਿਗੁਰੂ ਇੱਕ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦਾ ਏ। ਮਾਰੂ ਕਾਫੀ, ਮਾਰੂ ਰਾਗਣੀ ਦੇ ਅੰਦਰ ਰਾਗ ਦੇ ਵਿੱਚ ਕਾਫੀ ਛੰਦ ਦਾ ਨਾਮ ਹੀ ਹੈ, ਅਤੇ ਕਾਫੀ ਇੱਕ ਵੱਖਰੀ ਰਾਗਣੀ ਨੂੰ ਵੀ ਕਹਿੰਦੇ ਹਨ, ਅਤੇ ਮਾਰੂ ਅਤੇ ਕਾਫੀ ਰਾਗਣੀ ਦੇ ਵਿੱਚ ਮਿਲਾ ਕੇ ਮਹਾਰਾਜ ਸਾਹਿਬ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਜੀ ਘਰ ਦੂਜਾ, ਦੂਜੇ ਘਰ ਸੁਰ ਤਾਲ ਦੇ ਅੰਦਰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਵੋ ਬੰਜੋ ਡੁੰਮਣੀ, ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਨਾ ਸਾਧ ਸੰਗਤ ਮਹਾਰਾਜ ਸਿੱਖ ਸੰਗਤਾਂ ਨੂੰ ਸਿੱਖਿਆ ਦਿੰਦਿਆਂ ਹੋਇਆਂ ਅੱਠ ਅੱਠ ਪਦਿਆਂ ਦੀ ਬਾਣੀ ਜੋ ਹੈ ਉਹ ਉਚਾਰਨ ਕਰਕੇ
ਜਿਵੇਂ ਕੋਈ ਜਗਿਆਸੂ ਜਿਹਦੇ ਮਨ ਮੰਦਰ ਪਰਮੇਸ਼ੁਰ ਦੇ ਨਾਲ ਮਿਲਣ ਦੀ ਪਤੀ ਨਾਲ ਮਿਲਣ ਦੀ ਇੱਛਾ ਹੈ, ਅਤੇ ਮਹਾਂਪੁਰਖ ਜਿਹੜੇ ਮਿਲੇ ਹੋਏ ਹਨ ਉਹਨਾਂ ਦੇ ਜਿਵੇਂ ਆਪਸ ਦੇ ਬਚਨ ਬਿਲਾਸ ਹਨ, ਉਹਨਾਂ ਦੁਆਰਾ ਉਪਦੇਸ਼ ਦੇਣਾ ਕਰਦੇ ਹਨ। ਆਵੋ ਵੰਜੋ ਡੁੰਮਣੀ ਵੰਜੋ, ਇਹਦੇ ਵਿੱਚ ਜੱਜਾ ਝੱਜਾ ਏ, ਕੋਈ ਆਵਾਜ਼ ਨਾ ਨਿਕਲੇ, ਇੱਦਾਂ ਪਕਾ ਲਿਆ ਕਰੋ। ਵੰਜੋ ਡੁੰਮਣੀ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਪਤੀ ਪ੍ਰਭੂ ਪਰਮੇਸ਼ੁਰ ਤੋਂ ਡੁੰਮਣੀ ਨਾਮ ਹੁੰਦਾ ਸਾਧ ਸੰਗਤ ਦੋ ਮਣੀ ਦੋ ਚਿੱਤੀ ਭਾਵ ਕੇ ਉਦਾਸ ਵਿਛੜ ਕਰਕੇ ਜਿਹੜੀ ਦੁੱਖ ਦੀ ਹਾਲਤ ਵੀ ਪਰਮੇਸ਼ੁਰ ਤੋਂ ਵਿਛੜ ਕਰਕੇ ਉਦਾਸ ਹੋਈ ਜਿਹੜੀ ਜੀਵ ਇਸਤਰੀ ਹੈ, ਆਵੋ ਵੰਜੋ ਜਨਮ ਧਾਰ ਕੇ ਆਉਂਦੀ ਹੈ ਅਤੇ ਮੌਤ ਕਰਕੇ ਜਾਂਦੀ ਹੈ। ਆਵੋ ਆਉਣਾ ਹੁੰਦਾ ਜਨਮ ਧਾਰ ਕੇ, ਵੰਜੋ ਜਾਣਾ ਹੁੰਦਾ ਹੈ ਮਰ ਕੇ, ਵੀ ਜੰਮਣ ਮਰਨ ਵਿੱਚ ਪਈ ਰਹਿੰਦੀ ਹੈ। ਕੀਤੀ ਮਿੱਤਰ ਕਰਿਓ, ਭਾਵੇਂ ਪਤੀ ਪਰਮੇਸ਼ੁਰ ਤੋਂ ਬਗੈਰ ਕੀਤੀ ਮਿੱਤਰ ਕਰਿਓ, ਕਹਿੰਦੇ ਵੀ ਕਿੰਨੇ ਹੀ ਸਹਾਰੇ ਕਈਆਂ ਨੂੰ ਮਿੱਤਰ ਕਰਦੀ ਹੈ ਬਣਾਉਂਦੀ ਹੈ ਜੀਵ ਇਸਤਰੀ, ਪਰ ਕੋਈ ਵੀ ਆਸਰਾ ਨਹੀਂ ਦਿੰਦਾ ਅਸਲ ਵਿੱਚ। ਸਾ ਧਨ ਢੋਈ ਨਾ ਲਹਿ, ਸਾ ਧਨ ਢੋਈ ਨਾ ਲਹਿ, ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਹ ਜੀਵ ਇਸਤਰੀ ਪ੍ਰਭੂ ਪਰਮੇਸ਼ੁਰ ਤੋਂ ਬਗੈਰ ਅਵਰ ਹੋਰ ਕੋਈ ਵੀ ਆਸਰਾ ਲੱਭ ਹੀ ਨਹੀਂ ਸਕਦੀ, ਆਸਰਾ ਲੈ ਨਹੀਂ ਸਕਦੀ, ਉਹਨੂੰ ਧੀਰਜ ਨਹੀਂ ਆ ਸਕਦੀ। ਵਾਢੀ ਕਿਉਂ ਧੀਰਿਓ, ਵਾਢੀ ਕਹਿੰਦੇ ਨੇ ਵਿਛੜੀਆਂ ਹੋਈਆਂ ਨੂੰ, ਵੀ ਜੋ ਵਿਛੜੀ ਹੋਈ ਹੈ ਨਾ ਪ੍ਰਭੂ ਮਾਲਕ ਵਾਹਿਗੁਰੂ ਤੋਂ, ਕਿਉਂ ਧੀਰਿਓ, ਕਿਸ ਪ੍ਰਕਾਰ ਦੇ ਨਾਲ ਧੀਰਜ ਕਰੇ, ਉਹਨੂੰ ਕਿਵੇਂ ਹੌਸਲਾ ਆ ਸਕਦਾ ਹੈ, ਨਹੀਂ ਆ ਸਕਦਾ, ਦੁੱਖਾਂ ਦੇ ਵਿੱਚ ਹੀ ਰੋਂਦੀ ਹੈ ਹਰ ਸਮੇਂ। ਮੈਡਾ ਮਨ ਰਤਾ ਆਪਣੇ ਪਿਰ ਨਾਲ, ਮੈਡਾ ਮਨ ਰਤਾ ਉੱਤਮ ਪੁਰਖ, ਅਤੇ ਇੱਕ ਹੁੰਦਾ ਸਾਧ ਸੰਗਤ ਅਨਪੁਰਖ। ਅਨਪੁਰਖ ਦਾ ਭਾਵ ਹੁੰਦਾ ਜਿਹੜਾ ਦੂਸਰਾ ਕਿਸੇ ਬਾਰੇ ਉਚਾਰਨ ਕਰਨਾ, ਉੱਤਮ ਪੁਰਖ ਹੁੰਦਾ ਜਿਹੜਾ ਆਪਣੇ ਦੇ ਸੰਬੋਧਨ ਕਰਕੇ ਬਚਨ ਕਹਿਣਾ। ਮੈਡਾ ਮਨ ਰਤਾ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਕਹਿੰਦੇ ਜਗਿਆਸੂ ਇਸਤਰੀ ਕਹਿੰਦੀ ਹੈ ਵੀ ਮੈਡਾ ਮੇਰਾ ਜੋ ਮਨ ਚਿੱਤ ਹੈ ਉਹ ਤਾਂ ਆਪਣੜੇ ਆਪਣੇ ਪਿਰ ਪਤੀ ਪਰਮੇਸ਼ੁਰ ਦੇ ਨਾਲ ਰਤਾ ਰੰਗਿਆ ਹੋਇਆ ਰਹਿੰਦਾ ਹਰ ਸਮੇਂ। ਹਉ ਭੋਲ ਕੁਮਾਈ ਖੰਨੀਐ ਕੀਤੀ, ਹਉ ਮੈਂ ਤੇ ਮਹਾਰਾਜ ਕਹਿੰਦੇ ਵੀ ਉਹ ਬੀਬੀ ਕਹਿੰਦੀ ਆਪਣੀ ਜ਼ਿੰਦਗੀ ਜੋ ਹੈ ਨਾ ਹਉ ਘੋਲ ਘੁਮਾਈ ਪਤੀ ਪਰਮੇਸ਼ੁਰ ਤੋਂ, ਮਨ ਕਰਕੇ ਘੋਲ ਬਲਹਾਰ ਤਨ ਕਰਕੇ ਘੁਮਾਈ ਵਾਰਨੇ ਜਾਂਦੀ ਹਾਂ ਖੰਨੀਐ ਕੀਤੀ, ਅਤੇ ਆਪਣੀ ਜ਼ਿੰਦਗੀ ਵੀ ਉਸ ਪਤੀ ਪਿਆਰੇ ਤੋਂ ਖੰਨੀਐ ਟੁਕੜੇ ਟੁਕੜੇ ਕੁਰਬਾਨ ਕੀਤੀ ਹੋਈ ਹੈ। ਇੱਕ ਭੋਰੀ ਨਦਰ ਨਿਹਾਲ, ਇੱਕ ਭੋਰੀ ਨਦਰ ਨਿਹਾਲ, ਇੱਕ ਪਾਠ ਇੱਕ ਨਹੀਂ ਕਹਿਣਾ, ਇੱਕ ਭੋਰੀ ਨਦਰ ਨਿਹਾਲ, ਅਤੇ ਹੇ ਮਹਾਰਾਜ ਸਾਹਿਬ ਜੀਓ ਮੈਂ ਤਾਂ ਉਹਦੇ ਅੱਗੇ ਇੱਦਾਂ ਹੀ ਬੇਨਤੀਆਂ ਕਰਦੀ ਹਾਂ ਵੀ ਇੱਕ ਨਾਮ ਇੱਕ ਮਹਾਰਾਜ ਭੋਰੀ ਥੋੜ੍ਹੀ ਜਿੰਨੀ ਹੋਈ ਨਾ, ਰੰਚਕ ਮਾਤਰੀ ਰਤਾ ਮਾਤਰੀ ਨਦਰ ਨਿਹਾਲ, ਕਿਰਪਾ ਦੀ ਨਦਰ ਦ੍ਰਿਸ਼ਟੀ ਨਾਲ ਨਿਹਾਲ ਮੇਰੇ ਵੱਲ ਵੇਖਣਾ ਕਰੋ, ਇੰਨੇ ਜੀ ਮੇਰਾ ਦੁੱਖ ਸਭ ਕੱਟਿਆ ਜਾਵੇਗਾ। ਰਹਾਉ ਪਈੜੈ ਡੋਹਾਗਣੀ, ਪੇਈ ਅੜੈ ਡੋਹਾਗਣੀ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਵੇਂ ਬਾਹਰੀ ਦ੍ਰਿਸ਼ਟਾਂਤ ਹੈ ਵੀ ਜਿਹੜੀ
ਇਸਤਰੀ ਪੇਕੇ ਘਰ 'ਚ ਹੀ ਦੁਹਾਗਣੀ ਸੁੱਟਣ ਹੋਵੇ, ਭਾਵ ਕਿ ਪਤੀ ਦੀ ਸੇਵਾ ਕਰਨ ਦੀ ਜਾਚ, ਪਤੀਵਰਤਾ ਧਰਮ ਦੀ ਪਰਪਕਤਾ ਦਾ ਕੋਈ ਡਰ ਭੈ ਨਾ ਹੋਵੇ, ਜੇ ਕੋਈ ਘਰ ਰਸੋਈ ਆਦਿਕ ਦਾ ਘਰ ਦਾ ਕੋਈ ਕੰਮ ਨਾ ਸਿੱਖੇ, ਕੋਈ ਗੁਣ ਨਹੀਂ ਸਿੱਖਦੀ ਜੋ ਸਹੁਰੜੇ ਕਿਉਂ ਜਾਓ, ਉਹ ਸਹੁਰੇ ਘਰ ਵਿੱਚ ਕਿਵੇਂ ਸੁਖਪੂਰਵਕ ਜਾਓ ਜਾ ਸਕਦੀ ਹੈ, ਨਹੀਂ ਜਾਵੇਗੀ, ਨਹੀਂ ਜੀਵਨ ਉਹਦਾ ਸੁੱਖਾਂ ਨਾਲ ਬਤੀਤ ਹੋ ਸਕਦਾ, ਜੇ ਪਤੀ ਵਰਤਾ ਧਰਮ ਪੇਕੇ ਘਰ 'ਚ ਰਹਿੰਦਿਆਂ ਹੀ ਉਹਨੇ ਨਹੀਂ ਨਿਭਾਇਆ। ਇਸੇ ਪ੍ਰਕਾਰ ਮਹਾਰਾਜ ਕਹਿੰਦੇ, ਫਿਰ ਪੜ੍ਹਦੇ ਹੋ, ਪਈ ਅੜੈ ਡੋਹਾਗਣੀ, ਪੇਕਾ ਘਰ ਕਿਹੜਾ ਹੈ ਵੀ ਮੈਂ ਜੀਵ ਰੂਪ ਇਸਤਰੀ ਇਸ ਲੋਕ ਇਸ ਸੰਸਾਰ ਰੂਪੀ ਪੇਕੇ ਘਰ ਵਿੱਚ ਹੀ ਕਹਿੰਦੇ ਵੀ ਡੋਹਾਗਣੀ ਸੁੱਟੜ ਹੋ ਗਈ ਹੈ, ਤੇ ਇੱਥੇ ਹੀ ਭਾਵ ਗੁਰਾਂ ਦੇ ਉਪਦੇਸ਼ ਨੂੰ ਨਹੀਂ ਕਮਾਉਂਦੀ ਜੀਵ ਇਸਤਰੀ ਜੋ ਸਹੁਰੜੈ ਕਿਉਂ ਜਾਓ। ਉਹ ਮਹਾਰਾਜ ਸਾਹਿਬ ਕਹਿੰਦੇ ਪਰਲੋਕ ਰੂਪੀ ਸਹੁਰੇ ਘਰ ਵਿੱਚ ਕਿਵੇਂ ਕਰਕੇ ਜਾਓ ਜਾਵੇਗੀ, ਸੱਚਖੰਡ ਦਾ ਸੁੱਖ ਕਿਵੇਂ ਭੋਗੇਗੀ, ਭਾਵ ਨੂੰ ਸੱਚਖੰਡ ਨਹੀਂ ਮਿਲ ਸਕਦਾ ਜੇ ਇੱਥੇ ਗੁਰਾਂ ਦਾ ਉਪਦੇਸ਼ ਨਹੀਂ ਕਮਾਇਆ। ਮੈਂ ਗਲ ਔਗਣ ਮੁੱਠੜੀ ਕਹਿੰਦੇ ਮੇਰੇ ਅੰਤਹਿਕਰਨ ਰੂਪੀ ਗਲ ਕੰਠ ਵਿੱਚ ਔਗਣ ਗੁਨਾਹਾਂ ਦਾ ਬਹੁਤ ਹੀ ਭਾਰ ਹੈ, ਔਗਣ ਗੁਨਾਹਾਂ ਦੀ ਫਾਹੀ ਪਈ ਹੈ ਮੁੱਠੜੀ, ਇਸੇ ਕਰਕੇ ਔਗਣਾਂ ਦੇ ਵਿੱਚ ਹੀ ਮੈਂ ਮੁੱਠੜੀ ਲੁੱਟੀ ਗਈ ਹਾਂ ਸ਼ੁਭ ਗੁਣਾਂ ਵੱਲੋਂ। ਬਿਨ ਪਿਰ ਅਤੇ ਪਿਰ ਪਤੀ ਪਰਮੇਸ਼ਰ ਜੋ ਹੈ ਮੇਰਾ, ਉਹਦੀ ਪ੍ਰਾਪਤੀ ਤੋਂ ਬਗੈਰ ਝੂਰ ਮਰਾਓ, ਝੁਰ ਝੁਰ ਕੇ ਦੁਖੀ ਹੋ ਕੇ ਮਰਾਓ, ਮਰ ਰਹੀ ਹਾਂ, ਵਾਹਿਗੁਰੂ ਤੋਂ ਵਿਛੜ ਕੇ ਮਰਨਾ ਹੀ ਹੁੰਦਾ ਹੈ, ਨਿੱਤ ਜਗਿਆਸੂ ਬੇਨਤੀਆਂ ਕਰਦੀ ਹੈ। ਪਈ ਅੜੈ ਪਿਰ ਸੰਮਲਾ ਕਹਿੰਦੇ ਵੀ ਜਿਨ੍ਹਾਂ ਪਤੀ ਵਰਤ ਧਰਮ ਵਾਲੀਆਂ ਨੇ ਪੇਕੇ ਘਰ 'ਚ ਰਹਿੰਦੀਆਂ, ਹਰ ਵੇਲੇ ਆਪਣੇ ਪਤੀ ਨੂੰ ਰੱਬ ਦਾ ਰੂਪ ਜਾਣ ਕਰਕੇ ਯਾਦ ਕਰਦੀਆਂ ਵੀ ਉਹਨੂੰ ਜਾ ਕੇ ਵੀ ਕੋਈ ਮੂੰਹ ਵਿਖਾਉਣਾ ਹੈ। ਸਹੁਰੜੈ ਘਰ ਵਾਸ ਉਹਨਾਂ ਦਾ ਸਹੁਰੇ ਘਰ ਵਿੱਚ ਸੁੱਖਾਂ ਦਾ ਵਾਸਾ ਹੁੰਦਾ, ਫਿਰ ਇਹੀ ਪੜ੍ਹਦੇ ਹੋ ਤੁਕ। ਪਈ ਅੜੈ ਪਿਰ ਸੰਮਲਾ ਜੋ ਜੀਵ ਇਸਤਰੀ ਇਸ ਸੰਸਾਰ ਲੋਕ ਰੂਪੀ ਪੇਕੇ ਘਰ 'ਚ ਰਹਿੰਦੀ ਹੋਈ ਫਿਰ ਸੰਭਲਾ ਫਿਰ ਪਤੀ ਨੂੰ ਹਰ ਵੇਲੇ ਸੰਭਾਲਦੀ ਯਾਦ ਕਰਦੀ ਹੈ, ਰੱਬ ਦਾ ਡਰ ਰੱਖਦੀ ਹੈ, ਸਹੁਰੜੈ ਘਰ ਵਾਸ ਉਹਦਾ ਪਰਲੋਕ ਰੂਪੀ ਸਹੁਰੇ ਘਰ ਵਿੱਚ ਜਾਂ ਸੱਚਖੰਡ ਵਿੱਚ ਜਾ ਕੇ ਸੁੱਖ ਨਾਲ ਹੀ ਵਸਣਾ ਹੁੰਦਾ ਹੈ। ਸੁੱਖ ਸੰਬੰਧ ਸੁਹਾਗ ਉਹ ਸੁਹਾਗਵੰਤੀਆਂ ਸੁੱਖ ਆਨੰਦ ਸਰੂਪ ਦੇ ਵਿੱਚ ਜੁੜ ਕੇ ਸੁੱਖ ਆਨੰਦ ਦੇ ਨਾਲ ਸੰਬੰਧ ਮਿਲਾਪ ਕਰਕੇ ਜਾਂ ਸੰਬੰਧ ਨਾਮ ਸੌਣਦਾ ਹੈ ਵੀ ਉਹ ਸੁੱਖ ਆਨੰਦ ਦੇ ਵਿੱਚ ਸੌਂਦੀਆਂ ਨੇ। ਸੌਣਾ ਇੱਥੇ ਕੀ ਹੈ ਵੀ ਜਿਹੜਾ ਨਿਰਵਿਕਲਪ ਸਮਾਧੀ ਲੱਗਣੀ ਹੈ ਨਾ, ਇਹੀ ਧਰਮ ਦੀ ਸਾਧ ਸੰਗਤ ਜਗਿਆਸੂਆਂ ਦੀ ਜੋ ਬੋਲੀ ਦੇ ਵਿੱਚ ਸੌਣਾ ਹੈ, ਅਤੇ ਉਹ ਗੁਰਮੁਖ ਸਖੀਆਂ ਸੁੱਖ ਆਨੰਦ ਸਰੂਪ ਵਾਹਿਗੁਰੂ ਵਿੱਚ ਜੁੜ ਕੇ ਉਹਦੇ ਨਾਲ ਮਿਲ ਕੇ ਅਤੇ ਨਿਰਵਿਕਲਪ ਸਮਾਧੀ ਲਾਉਣ ਰੂਪੀ ਸੌਂਦੀਆਂ ਹਨ, ਕੋਈ ਫਿਕਰ ਨਹੀਂ ਹੈ। ਫਿਰ ਪਾਇਆ ਗੁਣਤਾਸ ਕੌਣ? ਜਿਨ੍ਹਾਂ ਨੇ ਗੁਣਾਂ ਦਾ ਖਜ਼ਾਨਾ ਪਤੀ ਪਰਮੇਸ਼ਰ ਪ੍ਰਾਪਤ ਕਰ ਲਿਆ ਹੈ। ਲੇਫ ਨਿਹਾਲੀ ਪੱਟ ਕੀ, ਪਰ ਜੇ ਕੋਈ ਪਰਮੇਸ਼ਰ ਤੋਂ ਵਿਛੜੀ ਹੋਈ ਰੂਹ ਹੈ ਨਾ, ਲੇਫ ਨਿਹਾਲੀ ਪੱਟ ਕੀ, ਲੇਫ ਕਹਿੰਦੇ ਨੇ ਸਾਧ ਸੰਗਤ ਰਜਾਈ ਨੂੰ, ਨਿਹਾਲੀ ਕਹਿੰਦੇ ਨੇ ਤੁਲਾਈ ਨੂੰ, ਅਤੇ ਜੇ ਕੋਈ ਜੀਵ ਰੂਪ ਇਸਤਰੀ ਉੱਪਰ ਲੈਣ ਵਾਸਤੇ ਪੱਟ ਕਹਿੰਦੇ ਨੇ ਰੇਸ਼ਮ ਦੇ ਬਸਤਰ ਨੂੰ,
ਵੀ ਰੇਸ਼ਮ ਦੇ ਗਲਾਫਾਂ ਵਾਲੀ ਰਜਾਈ ਬਣਾ ਲਵੇ, ਹੇਠਾਂ ਵਿਛਾਉਣ ਵਾਸਤੇ ਨਿਹਾਲੀ ਚੰਗੀਆਂ ਤੁਲਾਈਆਂ ਬਣਾ ਲੈਣਾ ਕਰੇ, ਸੋਹਣੀ ਸੇਜਾ ਬਣਾ ਲਵੇ, ਕਾਪੜ ਅੰਗ ਬਣਾਏ ਤੇ ਸਰੀਰ ਦੇ ਅੰਗਾਂ ਨੂੰ ਢੱਕਣ ਲਈ ਵੀ ਚੰਗੇ ਚੰਗੇ ਰੇਸ਼ਮੀ ਕੀਮਤੀ ਵਸਤਰ ਪਹਿਨ ਲੈਣਾ ਕਰੇ, ਫਿਰ ਮੁੱਤੀ ਡੋਹਾਗਣੀ। ਪਰ ਜੋ ਮਹਾਰਾਜ ਸਾਹਿਬ ਕਹਿੰਦੇ ਫਿਰ ਮੁੱਤੀ ਡੋਹਾਗਣੀ, ਮੁੱਤੀ ਨਾਮ ਹੈ ਸਾਧ ਸੰਗਤ ਛੁੱਟਣ ਦਾ ਤਿਆਗੀ ਹੋਈ, ਵੀ ਜੋ ਜੀਵ ਰੂਪ ਇਸਤਰੀ ਦੁਹਾਗਣੀ ਦੁਹਾਗਣ ਜਾਣ ਕੇ ਫਿਰ ਪਤੀ ਪਰਮੇਸ਼ਰ ਨੇ ਮੁੱਤੀ ਆਪਣੇ ਵੱਲੋਂ ਛੁੱਟੜ ਕੀਤੀ ਹੈ, ਤਿਆਗ ਦਿੱਤੀ ਹੈ, ਜਿਨ੍ਹਾਂ ਜੀਵ ਇਸਤਰੀਆਂ ਨੇ ਰੱਬ ਦਾ ਨਾਮ ਨਹੀਂ ਜਪਿਆ, ਉਹਨਾਂ ਨਿਰਭਾਗਣਾਂ ਨੂੰ, ਮਾੜੇ ਮੰਦੇ ਭਾਗਾਂ ਵਾਲੀਆਂ ਨੂੰ ਵਾਹਿਗੁਰੂ ਨੇ ਤਿਆਗ ਦਿੱਤਾ, ਛੁੱਟੜ ਕਰ ਦਿੱਤਾ ਹੈ। ਉਹਦਾ ਹੀ ਭਾਵ ਹੈ ਦੁਖੀ, ਤਿੰਨ ਦੁਖੀ ਰਹਿਣ ਵਿਹਾਏ ਉਹਨਾਂ ਦੀ। ਮਹਾਰਾਜ ਸਾਹਿਬ ਕਹਿੰਦੇ ਵੀ ਪ੍ਰਤੱਖ ਜਿਹੜੀ ਰਾਤ ਹੈ ਉਹ ਵੀ ਦੁੱਖਾਂ 'ਚ ਬਤੀਤ ਹੁੰਦੀ ਹੈ, ਅਵਸਥਾ ਰੂਪੀ ਰਹਿਣ ਰਾਤ ਵੀ ਦੁਖੀ ਦੁਖੀ ਹੋਈ ਦੀ ਵਿਹਾਏ ਬਤੀਤ ਹੁੰਦੀ ਹੈ। ਕੀਤੀ ਚੱਖੋ ਸਾਡੜੇ, ਕੀਤੀ ਚੱਖੋ ਸਾਡੜੇ, ਸਾਡੜੇ ਤੋਂ ਭਾਵ ਸਵਾਦ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਕੀਤੀ ਚੱਖੋ ਸਾਡੜੇ, ਸੁੱਟੜ ਇਸਤਰੀ ਜਿਹੜੀ ਹੈ ਨਾ, ਭਾਵੇਂ ਉਹ ਕਿੰਨੇ ਵੀ ਸਾਡੜੇ ਸਵਾਦਾਂ ਨੂੰ ਚੱਖ ਲਵੇ, 36 ਤਰ੍ਹਾਂ ਦੇ ਕੀਤੀ ਬੇਸ ਕਰੇ, ਕਿੰਨੇ ਵੀ ਜਿਹੜੀ ਤਿਆਗੀ ਹੋਈ ਇਸਤਰੀ ਹੈ ਪਤੀ ਵੱਲੋਂ ਆਪਣੇ ਲਿਬਾਸ ਬਣਾ ਲੈਣਾ ਕਰੇ ਤਨ ਤੇ, ਫਿਰ ਬਿਨ ਜੋਵਨ ਬਾਦ ਗਈਅਮ ਗਏਅਮ। ਹਾਂ ਫਿਰ ਪੜ੍ਹੋ। ਫਿਰ ਬਿਨ ਜੋਵਨ ਬਾਦ ਗਏਅਮ, ਉਹਦੀ ਮਹਾਰਾਜ ਸਾਹਿਬ ਕਹਿੰਦੇ ਫਿਰ ਪਤੀ ਦੀ ਸੇਵਾ ਤੋਂ ਬਗੈਰ ਜੋਵਨ ਜਵਾਨੀ ਦੀ ਅਵਸਥਾ ਜੋ ਹੈ ਨਾ, ਖੋਟਿਆਂ ਪੁਰਖਾਂ ਦੀ ਸੰਗਤ 'ਚ ਬਹਿ ਕੇ ਬਾਅਦ ਬਿਰਥੀ ਗਏਅਮ ਚਲੀ ਜਾਂਦੀ ਹੈ, ਜਾਂ ਗਏਅਮ ਜਾ ਰਹੀ ਹੈ, ਜ਼ਿੰਦਗੀ ਬਤੀਤ ਹੋ ਰਹੀ ਹੈ। ਵਾਢੀ ਝੂਰੇ ਦੀ ਝੂਰੇ ਓ, ਅਦੇ ਪਤੀ ਪਰਮੇਸ਼ਰ ਤੋਂ ਵਾਢੀ ਵਿਛੜੀ ਹੋਈ ਜਿਹੜੀ ਹੈ, ਝੂਰੇ ਦੀ ਝੋਰਿਆਂ ਕਰਕੇ ਝੂਰੇ ਉਹ ਝੋਰਦੀ ਹੋਈ ਰਹਿੰਦੀ, ਹਰ ਸਮੇਂ ਚਿੰਤਾ 'ਚ ਰਹਿੰਦੀ ਹੈ, ਦੁਖੀ ਰਹਿੰਦੀ। ਇਸੇ ਤਰ੍ਹਾਂ ਅੰਤਰੀਵ ਭਾਵ, ਕਿਉਂਕਿ ਗੁਰਬਾਣੀ ਦੋਵੇਂ ਪਾਸੇ ਦੀ ਸਿੱਖਿਆ ਦਿੰਦੀ ਹੈ। ਕੀਤੀ ਚੱਖੋ ਸਾਡੜੇ, ਕੀਤੀ ਚੱਖੋ ਸਾਡੜੇ, ਮਹਾਰਾਜ ਸਾਹਿਬ ਕਹਿੰਦੇ ਇਸੇ ਤਰ੍ਹਾਂ ਜੋ ਛੁੱਟੜ ਜੀਵ ਰੂਪ ਇਸਤਰੀਆਂ ਨੇ ਭਾਵੇਂ ਕਿੰਨੇ ਵੀ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਵਿਸ਼ਿਆਂ ਦੇ ਸਵਾਦ ਵੀ ਚੱਖ ਲਵੇ, ਕੀਤੀ ਬੇਸ ਕਰੇ ਤਨ ਦੇ ਉੱਤੇ, ਕੀਤੀ ਕਿਤਨੇ ਹੀ ਤਰ੍ਹਾਂ ਤਰ੍ਹਾਂ ਦੇ ਭੇਖਾਂ ਦੇ ਸਾਧਨਾਂ ਦੇ ਲਿਬਾਸ ਭੇਖ ਧਾਰਨ ਕਰ ਲਵੇ, ਫਿਰ ਬਿਨ ਜੋਵਨ ਬਾਦ ਗਏਅਮ। ਪਰ ਮਹਾਰਾਜ ਸਾਹਿਬ ਕਹਿੰਦੇ ਵੀ ਫਿਰ ਪਤੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਗੈਰ, ਫਿਰ ਬਿਨ ਜੋਬਨ ਬਾਦ ਗਏਅਮ, ਉਹਨਾਂ ਦੀ ਪ੍ਰਤੱਖ ਜੋਬਨ ਅਵਸਥਾ, ਸੌਂਕ ਅਵਸਥਾ, ਬੇਅਰਤੀ ਗਏਅਮ ਚਲੀ ਗਈ ਹੈ ਜਾਂ ਜਾ ਰਹੀ ਹੈ, ਜ਼ਿੰਦਗੀ ਅਜਾਈ ਹੀ। ਵਾਢੀ ਝੂਰੇ ਦੀ ਝੂਰਿਓ, ਇਸੇ ਕਰਕੇ ਵਾਢੀ ਝੂਰੇ ਦੀ ਝੂਰਿਓ, ਵੀ ਜੋ ਜੀਵ ਇਸਤਰੀ ਵਾਹਿਗੁਰੂ ਤੋਂ ਵਿਛੜੀ ਹੈ ਉਹ ਵਿਛੜ ਕੇ ਝੂਰਦੀ ਝੂਰਦੀ ਹੈ, ਭਾਵ ਸਦਾ ਦੁਖੀ ਉਹਨੂੰ ਚੰਬੜੇ ਰਹਿੰਦੇ ਹਨ। ਸੱਚੇ ਸੰਦਾ ਸਦੜਾ, ਜਦੋਂ ਇਸ ਤਰ੍ਹਾਂ ਸਾਧ ਸੰਗਤ ਦੱਸਿਆ, ਮਹਾਂਪੁਰਖਾਂ ਨੇ, ਜਗਿਆਸੂ ਇਸਤਰੀ ਨੇ ਮਹਾਤਮਾ ਨੂੰ ਬੇਨਤੀ ਕੀਤੀ, ਫਿਰ ਮੈਨੂੰ ਸਿੱਖਿਆ ਦਿਓ, ਅਤੇ ਮਹਾਤਮਾ ਸਖੀ ਸਿੱਖਿਆ ਦਿੰਦੀ ਹੈ। ਸੱਚੇ ਸੰਦਾ ਸਦੜਾ ਕਹਿੰਦੇ, ਜੋ ਸੱਚੇ ਦਾ ਰਹਿਣ ਵਾਲਾ, ਜੋ ਸਦਾ ਹੀ ਅਕਾਲ ਪੁਰਖ ਹੈ,
ਸੰਦਾ ਦਾ ਅਰਥ ਹੈ ਦਾ, ਸੱਦੜਾ ਤੋਂ ਭਾਵ ਹੈ ਸੁਨੇਹਾ। ਜਿਨ੍ਹਾਂ ਨੂੰ ਸੱਚੇ ਅਕਾਲ ਪੁਰਖ ਦਾ ਸੁਨੇਹਾ ਪ੍ਰਾਪਤ ਹੋਇਆ ਹੈ, ਜਸ ਪ੍ਰਾਪਤ ਹੋਇਆ ਹੈ, ਸੁਣੀਐ ਗੁਰ ਵਿਚਾਰ, ਉਸ ਗੁਰੂ ਸਾਹਿਬ ਜੋ ਸੱਚੇ ਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਕਰਾਉਣ ਵਾਲੇ ਨੇ, ਸੁਣੀਐ ਗੁਰ ਵਿਚਾਰ, ਗੁਰੂ ਸਾਹਿਬ ਦੇ ਉਪਦੇਸ਼ ਦੀ ਵਿਚਾਰ ਦੁਆਰਾ ਸਰਵਣ ਕਰੀਏ। ਜਾਂ ਕਹਿੰਦੇ ਵੀ ਜੋ ਸੱਚੇ ਦਾ ਸੁਨੇਹਾ ਹੈ ਨਾ, ਜੋ ਸੱਚਾ ਅਕਾਲ ਪੁਰਖ ਜੀਵਾਂ ਦੇ ਤਾਂ ਹੀ ਹੁਕਮ ਕਰਦਾ ਏ, ਜੋ ਸੱਚੇ ਅਕਾਲ ਪੁਰਖ ਦਾ ਜਸ ਹੈ, ਇਹ ਗੁਰੂ ਸਾਹਿਬ ਜੀ ਦੀ ਵਿਚਾਰ ਦੁਆਰਾ ਸਰਵਣ ਕਰੀਏ, ਗੁਰਬਾਣੀ ਦੁਆਰਾ। ਸੱਚੇ ਸੱਚਾ ਬਹਿਣਾ, ਜੋ ਸੱਚੇ ਪਰਮੇਸ਼ਰ ਦਾ ਸੱਚਾ ਸਾਧ ਸੰਗਤ ਰੂਪੀ ਸਰੂਪ ਰੂਪੀ ਬਹਿਣਾ ਅਸਥਾਨ ਸਿੰਘਾਸਨ ਹੈ, ਨਦਰੀ ਨਦਰ ਪਿਆਰ, ਜਿਹਦੇ ਉੱਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਨਦਰੀ ਨਦਰ ਪਿਆਰ, ਨਦਰੀ ਪਰਮੇਸ਼ਰ ਦੀ ਜਿਹਦੇ ਉੱਤੇ ਨਦਰ ਕਿਰਪਾ ਦ੍ਰਿਸ਼ਟੀ ਹੋਈ ਹੈ, ਪਿਆਰ ਉਹਦਾ ਹੀ ਉਸ ਮਹਾਰਾਜ ਦੇ ਸੱਚੇ ਅਸਥਾਨ ਨੂੰ ਸਿੰਘਾਸਨ ਨੂੰ ਪ੍ਰਾਪਤ ਕਰਨ ਦਾ ਪਿਆਰ ਲੱਗਾ ਹੋਇਆ ਹੈ ਅੰਦਰ। ਗਿਆਨੀ ਅੰਜਨ ਸੱਚ ਕਾ, ਗਿਆਨੀ ਅੰਜਨ ਸੱਚ ਕਾ, ਗਿਆਨੀ ਗਿਆਨਵਾਨ ਪੁਰਖਾਂ ਦੇ ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ ਮਹਾਰਾਜ ਕਹਿੰਦੇ ਸੱਚ ਵਾਹਿਗੁਰੂ ਦੀ ਪ੍ਰਾਪਤੀ ਦਾ ਜੋ ਗਿਆਨ ਹੈ, ਇਹ ਗਿਆਨ ਰੂਪੀ ਸੰਜਨ ਅੰਜਨ ਸੁਰਮਾ ਪਾਇਆ ਹੁੰਦਾ ਏ। ਜਿਵੇਂ ਅੱਖਾਂ ਦੇ ਅਨੇਕਾਂ ਰੋਗ ਦੂਰ ਕਰਨ ਦੇ ਲਈ ਪੁਰਾਣੇ ਲੋਕ ਸੁਰਮਾ ਪਾਉਂਦੇ ਹੁੰਦੇ ਸਨ ਅਤੇ ਉਹਦੇ ਨਾਲ ਨਿਗਾਹ ਖੁੱਲ੍ਹ ਜਾਂਦੀ, ਇਵੇਂ ਮਹਾਰਾਜ ਕਹਿੰਦੇ ਜਿਹੜੇ ਗਿਆਨਵਾਨ ਪੁਰਖ ਨੇ ਉਹਨਾਂ ਨੇ ਪਰਮੇਸ਼ੁਰ ਦੀ ਪ੍ਰਾਪਤੀ ਵਾਲੇ ਗਿਆਨ ਦਾ ਸੁਰਮਾ ਧਾਰਨ ਕੀਤਾ ਹੈ ਮਨ ਬੁੱਧ ਰੂਪੀ ਅੱਖਾਂ ਦੇ ਵਿੱਚ। ਦੇਖੈ ਦੇਖਣਹਾਰ, ਇਸੇ ਕਰਕੇ ਗਿਆਨਵਾਨ ਦੇਖਣਹਾਰ ਦੇਖਣ ਵਾਲਾ ਹੋ ਕੇ ਨਾ, ਦੇਵ ਦ੍ਰਿਸ਼ਟੀ ਵਾਲਾ ਹੋ ਕਰਕੇ ਦੇਖਾ, ਗੁਰਾਂ ਦੁਆਰਾ ਪਰਮੇਸ਼ੁਰ ਨੂੰ ਹੀ ਦੇਖਾ ਦੇਖ ਲੈਣਾ ਕਰਦਾ ਹਰ ਇੱਕ ਦੇ ਵਿੱਚ, ਜਾਂ ਦੇਖਾ ਦੇਖਣ ਹਾਰ, ਸਾਰਿਆਂ ਨੂੰ ਜਿਹੜਾ ਦੇਖਣ ਵਾਲਾ ਸੰਭਾਲਣ ਵਾਲਾ ਹੈ ਉਸ ਵਾਹਿਗੁਰੂ ਨੂੰ ਦੇਖ ਲੈਂਦਾ ਹੈ ਉਹ ਜੀਵ ਗਿਆਨੀ। ਗੁਰਮੁਖ ਬੂਝੈ ਜਾਣੀਐ, ਗੁਰਮੁਖ ਬੂਝੈ ਜਾਣੀਐ, ਮਹਾਰਾਜ ਸਾਹਿਬ ਕਹਿੰਦੇ ਜੋ ਮੁਖੀ ਗੁਰੂ ਸਾਹਿਬ ਹਨ ਗੁਰਮੁਖਾਂ ਤੋਂ ਹੀ ਗੁਰਾਂ ਤੋਂ ਹੀ ਪ੍ਰਭੂ ਪਰਮੇਸ਼ੁਰ ਦੀ ਪ੍ਰਾਪਤੀ ਵਾਲਾ ਜਿਹੜਾ ਉਪਦੇਸ਼ ਹੈ ਬੂਝੈ, ਉਹ ਬੂਝੈ ਪੋਸ਼ ਸਮਝ ਕਰਕੇ ਜਾਣੀ ਹੈ, ਫਿਰ ਵਾਹਿਗੁਰੂ ਨੂੰ ਅਕਾਲ ਪੁਰਖ ਨੂੰ ਜਾਣੀਦਾ ਹੈ। ਹਉਮੈ ਗਰਭ ਨਿਵਾਰ, ਹਉਮੈ ਗਰਭ ਨਿਵਾਰ, ਪਰ ਇਹ ਜੇ ਦੇਹ ਦੀ ਹਉਮੈ ਹੰਗਤਾ ਅਤੇ ਗੁਣਾ ਆਪਣੇ ਸਾਧਨਾਂ ਦਾ ਗਰਭ ਹੰਕਾਰ ਨਿਵਿਰਤ ਕਰੀਏ ਤਾਂ ਗੁਰਾਂ ਦੁਆਰਾ ਮਹਾਰਾਜ ਸਾਹਿਬ ਜੀ ਕਹਿੰਦੇ ਉਪਦੇਸ਼ ਨੂੰ ਪੁੱਛਣਾ ਸਮਝਣਾ ਕਰੀਏ ਤਾਂ ਸਰੂਪ ਨੂੰ ਜਾਣੀਦਾ ਹੈ। ਤਉ ਭਾਵਨ ਤਉ ਜਿਹੀਆ, ਤਉ ਭਾਵਨ ਤਉ ਜਿਹੀਆ, ਹੇ ਮਹਾਰਾਜ ਜੋ ਸ਼ਰਧਾ ਵਾਲੀਆਂ ਮਹਾਤਮਾ ਰੂਪ ਸਖੀਆਂ ਸਹੇਲੀਆਂ ਨੇ ਤਉ ਭਾਵਨ, ਤੈਨੂੰ ਉਹ ਭਾ ਜਾਂਦੀਆਂ ਨੇ, ਉਹ ਚੰਗੀਆਂ ਲੱਗਦੀਆਂ ਨੇ, ਤਉ ਜਿਹੀਆ, ਅਤੇ ਜਿਹੜੀਆਂ ਤੈਨੂੰ ਭਾ ਗਈਆਂ ਉਹ ਤੇਰੇ ਵਰਗੀਆਂ ਹੀ ਹਨ, ਤੇਰਾ ਹੀ ਸਰੂਪ ਹਨ ਉਹ ਮਹਾਂਪੁਰਖਾਂ ਦਾ ਵੀ। ਜਿਹੀਆ ਕੀਤੀਆ, ਮੂ ਜਿਹੀਆ, ਜਿਹੀਆ ਲਾਮ ਹੈ ਨਾ, ਮੂ ਜਿਹੀਆ ਕੀਤੀਆ, ਅਤੇ ਮੇਰੇ ਮਹਾਰਾਜ ਜੈਸੀਆਂ ਵਰਗੀਆਂ ਵਿਛੜੀਆਂ ਹੋਈਆਂ ਜੋ ਉਪਦੇਸ਼ ਲੈਣ ਤੋਂ ਬਗੈਰ ਸ੍ਰਿਸ਼ਟੀ ਵਿੱਚ ਕੀਤੀਆ ਕਿੰਨੀਆਂ ਤੁਰੀਆਂ ਫਿਰਦੀਆਂ ਨੇ, ਭਾਵ ਅਣਗਿਣਤੀ ਵਿਛੜੀਆਂ ਹਨ। ਨਾਨਕ
ਨਾਹੋ ਨਾ ਵਿਛੜੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਕਹਿੰਦੇ ਉਹਨਾਂ ਨਾਲੋਂ ਨਾ ਪਤੀ ਪਰਮੇਸ਼ਰ ਵਿਛੜਦਾ ਨੇ ਕਦੀ ਵੀ। ਤਿੰਨ ਸੱਚੈ ਰਤੜੀਆ, ਤਿੰਨ ਸੱਚੈ ਰਤੜੀਆ, ਕਿਹਨਾਂ ਨਾਲੋਂ ਨੀ ਵਿਛੜਦਾ? ਕਹਿੰਦੇ ਵੀ ਜੋ ਜਗਿਆਸੂ ਰੂਪ ਸਖੀ ਉਸ ਸੱਚੇ ਅਕਾਲ ਪੁਰਖ ਦੇ ਪਤੀ ਪਰਮੇਸ਼ਰ ਦੇ ਨਾਮ ਪ੍ਰੇਮ ਰੰਗ ਵਿੱਚ ਰਤੜੀਆ ਰੱਤੀਆਂ ਰੰਗੀਆਂ ਹੋਈਆਂ ਰਹਿੰਦੀਆਂ ਨੇ, ਉਹਨਾਂ ਨਾਲੋਂ ਨੀ ਵਾਹਿਗੁਰੂ ਕਦੀ ਵੀ ਵਿਛੜਦਾ। ਮਾਰੂ ਮਹੱਲਾ ਪਹਿਲਾ, ਨਾ ਭੈਣਾ ਭਰਜਾਈਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਕੋ ਗੁਰਸਿੱਖਾਂ ਬੇਨਤੀ ਕੀਤੀ, ਮਹਾਰਾਜ ਸਦਾ ਰਹਿਣ ਵਾਲਾ ਸੰਬੰਧ ਕਿਹੜਾ ਹੈ? ਤਾਂ ਸਾਹਿਬ ਕਹਿੰਦੇ ਸਦਾ ਦਾ ਸੰਬੰਧ ਗੁਰਮੁਖ ਸਤ ਸੰਗੀਆਂ ਦਾ ਗੁਰੂ ਦਾ ਹੀ ਹੈ, ਜਿਹੜਾ ਤੋੜ ਨਿਭਦਾ ਹੈ। ਬਾਕੀ ਸਭ ਸੰਬੰਧ ਜਿਹੜੇ ਨੇ ਪਰਲੋਕ 'ਚ ਕੋਈ ਵੀ ਸਹਾਇਤਾ ਨਹੀਂ ਕਰਦਾ। ਰਿਸ਼ਤੇ ਨਾਤੇ ਗਿਣਾ ਕੇ ਦੱਸਦੇ ਨੇ, ਨਾ ਭੈਣਾ ਭਰਜਾਈ ਆ। ਗੁਰੂ ਸਾਹਿਬ ਜੀ ਕਹਿੰਦੇ ਵੀ ਪੂਰੇ ਗੁਰੂ ਪਰਮੇਸ਼ਰ ਤੋਂ ਬਗੈਰ ਨਾ ਹੀ ਤਾਂ ਭੈਣਾਂ ਦੇ ਨਾ ਭਰਜਾਈਆਂ, ਭਰਾਵਾਂ ਦੀਆਂ ਜੋ ਇਸਤਰੀਆਂ ਹਨ ਉਹ ਸਹਾਇਤਾ ਕਰਦੀਆਂ ਨੇ, ਕਰ ਨਹੀਂ ਸਕਦੀਆਂ। ਨਾ ਸੇ ਸੁਸੜੀਆ, ਨਾ ਨੰਨੇ ਨੂੰ ਕੰਨਾ ਹੈ, ਨਾ ਸੇ ਇਹ ਵੱਖੋ ਵੱਖਰਾ ਹੈ, ਨਾ ਸੇ ਸਸੁੜੀ ਆਹ, ਅਤੇ ਫਿਰ ਸੱਸੇ ਬਿੰਦੀ ਤੋਂ ਰਹਿਤ ਸਸੁੜੀ ਆਹ, ਅਤੇ ਨਾ ਹੀ ਮਹਾਰਾਜ ਸਾਹਿਬ ਕਹਿੰਦੇ ਵੀ ਉਹਨਾਂ ਦੀਆਂ ਜੋ ਸਸੁੜੀ ਆ ਪਿਆਰੀਆਂ ਸੱਸਾਂ ਨੇ ਸਹਾਇਤਾ ਉਹ ਵੀ ਨਹੀਂ ਕਰਨ ਵਾਲੀਆਂ, ਉਹ ਵੀ ਕਿਸੇ ਦੇ ਲਈ ਸਦਾ ਨਹੀਂ ਰਿਸ਼ਤੇ ਨਾਤੇ ਠਹਿਰ ਸਕਦੇ, ਕੋਈ ਮਦਦਗਾਰ ਨਹੀਂ ਹੈ। ਸੱਚਾ ਸਾਖ ਨਾ ਟੁੱਟਈ, ਸੱਚਾ ਸਾਖ ਤੇ ਨਾਤਾ ਦੇ ਹੈ ਸਾਧ ਸੰਗਤ ਦਾ, ਗੁਰੂ ਸਾਹਿਬ ਜੀ ਦਾ, ਜੋ ਕਦੇ ਵੀ ਟੁੱਟਦਾ ਨਹੀਂ, ਸਾਥ ਨਿਭਦਾ ਹੈ। ਗੁਰ ਮੇਲੇ ਸਹੀ ਆਹ, ਗੁਰ ਮੇਲੇ ਸਹੀ ਆਹ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜੋ ਗੁਰੂ ਸਾਹਿਬ ਨੇ ਨਾ ਉਹੀ ਸਤ ਸੰਗਣ ਜਗਿਆਸੂ ਰੂਪ ਸਹੀ ਆ, ਸਖੀਆਂ ਸਹੇਲੀਆਂ ਨੂੰ ਪਰਮੇਸ਼ਰ ਨਾਲ ਮੇਲਦੇ ਹਨ, ਜਾਂ ਗੁਰ ਮੇਲੇ ਸਹੀ ਆਹ, ਜਿਨ੍ਹਾਂ ਸਹੀਆਂ ਸਹੇਲੀਆਂ ਭਾਵ ਸਤ ਸੰਗਣਾਂ ਦੇ ਨਾਲ ਸਤ ਸੰਗਤ ਨਾਲ ਗੁਰੂ ਸਾਹਿਬ ਜੀ ਮੇਲਦੇ ਨੇ ਨਾ, ਉਹ ਸੱਚਾ ਸਾਕ ਹੈ, ਉਹ ਨਾਲ ਨਿਭਦਾ ਹੈ ਸੰਗਤ ਦੀ ਪ੍ਰੀਤ। ਇਹੀ ਮਹਾਰਾਜ ਸਾਹਿਬ ਕਹਿੰਦੇ ਧੁਰ ਪ੍ਰਲੋਕ ਤੀਕਰ ਸਹਾਇਤਾ ਕਰਦੀ ਹੈ। ਬਲਿਹਾਰੀ ਗੁਰ ਆਪਣੇ, ਮੈਂ ਆਪਣੇ ਗੁਰਾਂ ਤੋਂ ਬਲਿਹਾਰ ਕੁਰਬਾਨ ਜਾਂਦੀ ਹਾਂ। ਸਦ ਬਲਿਹਾਰ ਜਾ, ਮਨ ਕਰਕੇ ਬਲਿਹਾਰ ਹਾਂ ਤੇ ਤਨ ਕਰਕੇ ਵੀ ਸਦੀਵ ਕਾਲ ਕੁਰਬਾਨ ਸਦਕੇ ਜਾਂਦੀ ਹਾਂ। ਗੁਰ ਬਿਨ ਏਤਾ ਭਵ ਥਕੀ, ਕਿਉਂਕਿ ਮਹਾਰਾਜ ਕਹਿੰਦੇ ਮੈਂ ਜਗਿਆਸੂ ਇਸਤਰੀ ਗੁਰਾਂ ਤੋਂ ਬਗੈਰ ਸਤਿਗੁਰੂ ਦੀ ਪ੍ਰਾਪਤੀ ਤੋਂ ਬਗੈਰ ਏਤਾ ਭਵ ਥਕੀ, ਏਤਾ ਇੰਨਾ ਕਹਿੰਦੇ ਹੁਣ ਤੀਕਰ ਅਨੇਕਾਂ ਹੀ ਜੂਨਾਂ ਦੇ ਵਿੱਚ ਭਰਮਣ ਕਰ ਕਰਕੇ ਥੱਕੀ ਥੱਕ ਹਾਰ ਚੁੱਕੀ ਸੀ। ਗੁਰ ਪਿਰ ਮੇਲਮ ਦਿੱਤਮ ਮਿਲਾਏ, ਗੁਰ ਪਿਰ ਮੇਲਮ ਦਿੱਤਮ ਮਿਲਾਏ, ਕਹਿੰਦੇ ਜੋ ਗੁਰੂ ਸਾਹਿਬ ਜੀ ਪਿਰ ਪਤੀ ਦੇ ਨਾਲ ਮੇਲਮ ਮਿਲਾਉਣ ਵਾਲੇ ਨੇ ਨਾ, ਦਿੱਤਮ ਮਿਲਾਏ ਉਹਨਾਂ ਨੇ, ਹੁਣ ਮੈਨੂੰ ਕਿਰਪਾ ਕਰਕੇ ਵਾਹਿਗੁਰੂ ਪਤੀ ਨਾਲ ਮਿਲਾ ਦਿੱਤਮ ਦਿੱਤਾ ਹੈ। ਰਹਾਓ ਫੁੱਫੀ ਨਾਨੀ ਮਾਸੀਆ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਫੁੱਫੀ ਭਾਵ ਪਿਤਾ ਦੀ ਪਿਓ ਦੀ ਭੈਣ ਜਿਹਨੂੰ ਭੂਆ ਕਹਿੰਦੇ ਨੇ ਪੰਜਾਬ 'ਚ, ਅਤੇ ਨਾਨੀ ਮਾਤਾ ਦੀ ਮਾਂ ਦੀ ਮਾਂ, ਅਤੇ ਮਾਸੀਆਂ ਅਤੇ ਮਾਸੀਆਂ ਮਾਤਾ ਦੀਆਂ ਅੱਗੇ ਫਿਰ ਮਾਂ ਦੀਆਂ ਜਿਹੜੀਆਂ ਭੈਣਾਂ ਹਨ, ਸਾਰੇ ਰਿਸ਼ਤਿਆਂ ਦਾ ਵੀ ਇਹ 'ਚ ਜ਼ਿਕਰ ਆ ਗਿਆ। ਹੁਣ ਤਾਂ ਬਸ ਸਾਰੇ ਰਿਸ਼ਤਿਆਂ ਦੇ ਥਾਂ ਇੱਕ ਹੀ ਗੱਲ ਰਹਿ ਗਈ ਨਾ, ਅੰਕੀ ਅੰਟੀ ਅਤੇ ਅੰਕਲ,
ਇਹੀ ਨਾਤੇ ਰਹਿ ਗਏ ਸਾਡੇ ਪਾਸ, ਅਤੇ ਜਾਂ ਫਿਰ ਕਹਿੰਦੇ ਵੀ ਇਹ ਕਜ਼ਨ ਹੈ ਅਤੇ ਇਹ ਮੇਰਾ ਭਰਾ ਹੈ, ਬਸ ਇਹੋ ਕੁਝ ਹੀ ਰਹਿ ਗਿਆ। ਵੀ ਮਹਾਰਾਜ ਸਾਹਿਬ ਜੀ ਨੇ ਉਹ ਰਿਸ਼ਤੇ ਨਾਤਿਆਂ ਦਾ ਵੀ ਇੱਥੇ ਵਿੱਚ ਜ਼ਿਕਰ ਆ ਗਿਆ। ਇਹ ਨਹੀਂ ਸਾਹਿਬਾਂ ਨੇ ਕਿਹਾ ਵੀ ਇਹ ਰਿਸ਼ਤੇ ਮਾੜੇ, ਸਾਹਿਬਾਂ ਇਹ ਕਿਹਾ ਵੀ ਇਹ ਤੋੜ ਤੱਕ ਨਹੀਂ ਨਿਭ ਸਕਦੇ, ਕਿਉਂਕਿ ਸਾਰੇ ਆਪ ਵਿਚਾਰੇ ਆਪੋ ਆਪਣੇ ਸੰਜੋਗਾਂ ਦੇ ਨਾਲ ਕਰਮਾਂ ਅਨੁਸਾਰ ਲੇਖੇ ਭੋਗਣ ਆਏ ਨੇ, ਕੋਈ ਪਰਮੇਸ਼ੁਰ ਅਕਾਲ ਪੁਰਖ ਦੀ ਦਰਗਾਹ ਤੱਕ ਮਦਦਗਾਰ ਨਹੀਂ ਹੈ, ਇਹ ਗੱਲ ਜਣਾ ਰਹੇ ਨੇ ਮਹਾਰਾਜ। ਅਤੇ ਕਹਿੰਦੇ ਵੀ ਭਾਵੇਂ ਉਹ ਫੁੱਫੀ ਭੈਣ ਹੈ, ਭੂਆ ਅਤੇ ਪਿਤਾ ਦੀ ਭੈਣ, ਨਾਨੀ ਮਾਂ ਦੀ ਮਾਂ ਦੇ ਮਾਸੀਆਂ ਮਾਂ ਦੀਆਂ ਭੈਣਾਂ ਆਦਿਕ, ਦੇਰ ਜੇਠਾਨੜੀਆ ਦੇਰ ਜੇਠਾਨੜੀਆ ਜੇਠਾਨੜੀਆ ਇੱਦਾਂ, ਫਿਰ ਦੇਰ ਦਰਾਣੀਆਂ ਅਤੇ ਜਠਾਨੜੀਏ ਜੇਠਾਨੜੀਆ ਜਠਾਣੀਆਂ ਆਦਿਕ, ਦਰਾਣੀਆਂ ਜਠਾਣੀਆਂ, ਹਾਲਾਂ ਪਤਾ ਤਾਂ ਹੈਗਾ ਹੀ ਹੈ ਸਾਰਿਆਂ ਨੂੰ ਵੀ ਇਹ ਜਿੰਨੇ ਵੀ ਰਿਸ਼ਤੇ ਨਾਤੇ ਹਨ, ਆਵਨ ਵੰਜਨ ਨਾ ਰਹਿਣ, ਆਵਨ ਵੰਜਨ, ਇਹ ਸਾਰੇ ਸੰਸਾਰ ਵਿੱਚ ਆਵਨ ਆਉਂਦੇ ਨੇ ਰਿਸ਼ਤੇ ਨਾਤੇ, ਅਤੇ ਵੰਜਨ ਚਲੀਆਂ ਜਾਂਦੀਆਂ ਨੇ, ਸਭ ਸਭ ਸੰਬੰਧ ਨਾ ਰਹਿਣ, ਕੋਈ ਵੀ ਸਦਾ ਵਾਸਤੇ ਨਹੀਂ ਰਹਿੰਦਾ ਜੱਗ ਵਿੱਚ। ਪੂਰ ਭਰੇ ਪਈਆ ਪਹੀਆ, ਹਾਂਜੀ ਫਿਰ ਪੜ੍ਹੋ, ਪੂਰ ਭਰੇ ਪਹੀਆ ਪੂਰ ਭਰੇ ਪਹੀਆ। ਅਤੇ ਮਹਾਰਾਜ ਸਾਹਿਬ ਕਹਿੰਦੇ ਪਹੀਆ ਨਾਮ ਪ੍ਰਾਹੁਣਿਆਂ ਦਾ ਵੀ ਹੈ, ਜਾਂ ਪਹੀਆ ਨਾਮ ਪਹੀਆ ਰਾਹੇ ਨੂੰ ਰਾਹੀਆਂ ਨੂੰ ਕਹਿ ਦਿੰਦੇ ਨੇ, ਰਾਹੀ ਜਿਹੜੇ ਹਨ ਵੀ ਇੱਦਾਂ ਰਾਹੀਆਂ ਦੇ ਪੂਰਾਂ ਦੇ ਪੂਰ ਭਰੇ ਹੋਏ ਚੱਲੇ ਜਾਂਦੇ ਹਨ ਸੰਸਾਰ ਵਿੱਚ, ਕੋਈ ਨਹੀਂ ਟਿਕਿਆ, ਸਭ ਤੁਰੇ ਜਾ ਰਹੇ ਹਨ। ਮਾਮੇ ਤੈ ਮਾਣੀਆ, ਮਾਮੇ ਮਾਂ ਦੇ ਭਰਾ, ਮਾਮੇ ਤੈ ਮਾਣੀਆਂ, ਤੇ ਮਾਤਾ ਦੀਆਂ ਭਰਜਾਈਆਂ ਜੋ ਮਾਮੀਆਂ ਆਦਿਕ ਹਨ। ਭਾਈ ਬਾਪ ਨਾ ਮਾਓ, ਭਾਈ ਆਪਣੇ ਮਾਂ ਜਾਏ ਭਰਾ ਤੇ ਬਾਪ ਪਿਤਾ ਤੇ ਮਾਓ ਮਾਂ ਜਿਨ੍ਹਾਂ ਰਾਹੀਂ ਜਨਮ ਲਿਆ ਹੈ, ਸਾਰੇ ਸੰਜੋਗਾਂ ਨਾਲ ਮਿਲੇ ਨੇ, ਕੋਈ ਵੀ ਪਰਲੋਕ ਦੇ ਵਿੱਚ ਸਹਾਇਕ ਨਹੀਂ ਹੋਵੇਗਾ, ਕੋਈ ਸਾਥੀ ਨਹੀਂ ਹੈ ਸਦਾ ਦਾ। ਸਾਥ ਲੱਡੇ ਤਿੰਨ ਨਾਠੀਆ, ਸਾਥ ਲੱਡੇ ਤਿੰਨ ਨਾਠੀਆ, ਮਹਾਰਾਜ ਸਾਹਿਬ ਕਹਿੰਦੇ ਵੀ ਉਹਨਾਂ ਨਾਠੀਆਂ ਨਾਮ ਵੀ ਪ੍ਰਾਹੁਣੇ ਦਾ ਹੈ, ਵੀ ਉਹਨਾਂ ਪ੍ਰਾਹੁਣੇ ਪ੍ਰਾਹੁਣੀਆਂ ਜਿਹੜੀਆਂ ਨੇ ਨਾ ਉਹਨਾਂ ਦੇ ਸਾਥ ਲੱਡੇ ਪੂਰਾਂ ਦੇ ਪੂਰ, ਸਾਥਾਂ ਦੇ ਸਾਥ, ਕਾਫਲਿਆਂ ਦੇ ਕਾਫਲੇ ਕਹਿ ਲਓ, ਲੱਡੇ ਲੱਦੇ ਜਾ ਰਹੇ ਹਨ, ਤੁਰ ਗਏ ਹਨ ਸਾਰੇ। ਭੀੜ ਕਣੀ ਦਰਿਆ, ਸੰਸਾਰ ਰੂਪੀ ਦਰਿਆ ਤੇ ਨਾ ਐਵੇਂ ਬਹੁਤ ਸਾਰੀ ਭੀੜ ਰਹਿੰਦੀ ਹੈ ਜਾਣ ਵਾਲਿਆਂ ਦੀ, ਪਰ ਕਾਰਨ ਉਹ ਰਿਹਾ ਵੀ ਜਿਵੇਂ ਲੋਕ ਲੰਘਦੇ ਹੁੰਦੇ ਸਨ ਇੱਕ ਨਗਰ ਤੋਂ ਉੱਠ ਕੇ, ਕਈ ਵਾਰ ਸਾਰੇ ਦਾ ਸਾਰਾ ਨਗਰ ਦਰਿਆ ਪਾਰ ਕਰਕੇ ਦੂਜੇ ਪਾਸੇ ਚਲੇ ਜਾਂਦਾ। ਇੱਥੇ ਮਹਾਰਾਜ ਉਹ ਜਣਾ ਰਹੇ ਨੇ ਵੀ ਸਾਥ ਲੱਡੇ, ਸਾਥਾਂ ਦੇ ਸਾਥ ਲੱਦੇ ਗਏ, ਜਿੰਨੇ ਵੀ ਪ੍ਰਾਹੁਣੇ ਪਿੱਛੇ ਰਿਸ਼ਤੇਦਾਰ ਨਾਤੇ ਸੰਬੰਧੀ ਨੇ ਸਾਰੇ ਗਾਂਹ ਨੂੰ ਤੁਰ ਪਏ ਸੰਸਾਰ ਰੂਪੀ ਦਰਿਆ ਦੇ ਉੱਤੇ, ਨਦੀ ਦੇ ਉੱਤੇ, ਇੱਥੇ ਪੂਰਾਂ ਦੇ ਪੂਰ ਤੁਰੇ ਜਾ ਰਹੇ ਹਨ, ਕਤਾਰਾਂ ਦੀਆਂ ਕਤਾਰਾਂ, ਭੀੜਾਂ ਦੀਆਂ ਭੀੜਾਂ ਅੱਗੇ ਨੂੰ ਲੰਘਦੀਆਂ ਜਾ ਰਹੀਆਂ ਹਨ। ਸਾਚੋ ਰੰਗ ਰੰਗਾਵਲੋ, ਸਾਚੋ ਰੰਗ ਰੰਗਾਵਲੋ, ਸਖੀ ਹਮਾਰੋ ਕੰਤ, ਹੇ ਸਖੀਓ ਸਹੇਲੀਓ, ਸੱਚਾ ਪਰਮੇਸ਼ਰ ਆਪ ਰੰਗ ਆਨੰਦ ਸਰੂਪ ਹੈ, ਅਤੇ ਆਪਣੇ ਰੰਗਾਵਲੋ ਆਨੰਦ ਦੇ ਵਿੱਚ ਜਿਹੜੇ ਗੁਰਮੁਖ ਨੇ ਅਧਿਕਾਰੀ ਉਹਨਾਂ ਨੂੰ ਵੀ ਰੰਗਣ ਵਾਲਾ ਹੈ।
ਇਹੋ ਜਿਹੇ ਸਖੀਓ ਸਾਡਾ ਕੰਤ ਹੈ ਪਤੀ ਪਰਮੇਸ਼ਰ। ਸੱਚ ਬਿਛੋੜਾ ਨਾਥੀਐ। ਤੇ ਮਹਾਰਾਜ ਕਹਿੰਦੇ ਭਾਈ ਉਹਦਾ ਸੱਚੇ ਨਾਮ ਸੱਚੇ ਵਾਹਿਗੁਰੂ ਨਾਲੋਂ ਵਿਛੋੜਾ ਨਹੀਂ ਹੁੰਦਾ ਕਦੀ ਵੀ। ਸੋ ਸਹੁ ਰੰਗ ਰਵੰਤ। ਜੋ ਉਸ ਸੋਪਦੀ ਪਰਮੇਸ਼ਰ ਦੇ ਜਸ ਨੂੰ ਜੋ ਜਗਿਆਸੂ ਰੂਪ ਇਸਤਰੀ ਰੰਗ ਪ੍ਰੇਮ ਨਾਲ ਰਵੰਤ ਉਚਾਰਦੀ ਹੈ ਹਰ ਸਮੇਂ, ਜੋ ਉਸ ਮਾਲਕ ਦੇ ਗੁਣਾਂ ਨੂੰ ਗਾਉਂਦੀ ਉਹਦਾ ਕਦੀ ਵਿਛੋੜਾ ਨਹੀਂ ਹੁੰਦਾ। ਸਭੇ ਰੁੱਤੀ ਚੰਗੀਆਂ। ਜਿੰਨੀਆਂ ਵੀ ਰੁੱਤਾਂ ਹਨ, 12 ਮਹੀਨੇ 6 ਰੁੱਤਾਂ ਆਉਂਦੀਆਂ ਨੇ, ਸਾਹਿਬ ਕਹਿੰਦੇ ਸਭੇ ਰੁੱਤੀ ਚੰਗੀ ਆ। ਹੇ ਭਾਈ ਉਹ ਸਾਰੀਆਂ ਹੀ ਪ੍ਰਤੱਖ ਰੁੱਤਾਂ, ਜਾਂ ਸਤਯੁਗ ਆ ਗਿਆ, ਤ੍ਰੇਤਾ ਆ ਗਿਆ, ਦੁਆਪਰ ਕਲਯੁਗ ਆ ਗਿਆ, ਜਾਂ ਮਨੁੱਖਾ ਜਨਮ ਆਦਿ, ਸਾਰੀਆਂ ਰੁੱਤਾਂ ਚੰਗੀਆਂ ਭਲੀਆਂ ਹਨ। ਜਿਤ ਸੱਚੇ ਸਿਓ ਨੇਹੋ। ਜਿਸ ਰੁੱਤਾਂ ਦੇ ਵਿੱਚ ਜੀਵ ਦਾ ਪਤੀ ਪਰਮੇਸ਼ਰ ਦੇ ਨਾਲ ਨਿਹੋ ਪ੍ਰੇਮ ਲੱਗ ਜਾਵੇ, ਜਿਸ ਰੁੱਤ ਦੇ ਅੰਦਰ ਜੀਵ ਇਸਤਰੀ ਦਾ ਪਤੀ ਨਾਲ ਪ੍ਰੇਮ ਲੱਗਦਾ, ਉਹ ਸਾਰੀਆਂ ਰੁੱਤਾਂ ਚੰਗੀਆਂ ਹਨ। ਸਾ ਧਨ ਕੰਤ ਪਛਾਣਿਆ। ਸਾ ਧਨ ਕੰਤ ਪਛਾਣਿਆ। ਜਿਸ ਇਸਤਰੀ ਨੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਉਸ ਕੰਤ ਪਤੀ ਪਰਮੇਸ਼ਰ ਨੂੰ ਆਪਣਾ ਕਰਕੇ ਜਾਣ ਲਿਆ, ਪਛਾਣਨਾ ਕੀਤਾ ਏ। ਸੁਖ ਸੁੱਤੀ ਨਿਸਡੇਹੋ। ਉਹ ਨਿਸਡੇਹੋ ਰਾਤ ਦਿਨੇ ਨਿਰਵਕਲਪ ਸਮਾਧੀ ਦੇ ਨਾਲ ਸੁਖ ਆਨੰਦ ਵਿੱਚ ਸੁੱਤੀ ਹੋਈ, ਸੁਖ ਵਿੱਚ ਬਰਾਜਦੀ ਹਰ ਸਮੇਂ। ਸਾਤ ਪਤਣ ਕੂਕੇ ਪਾਤਣੀ। ਪਤਣ ਕੂਕੇ ਪਾਤਣੀ, ਪਤਣ ਭਾਰਾ ਕਰਕੇ ਅਧਕ ਨਾ, ਪਤਣ ਕੂਕੇ ਪਾਤਣੀ। ਮਹਾਰਾਜ ਸਾਹਿਬ ਜੀ ਕਹਿੰਦੇ ਜਿਵੇਂ ਬਾਹਰ ਤੌਰ 'ਤੇ ਜਿਹੜੇ ਪੱਤਣ ਹੁੰਦੇ ਨਾ ਦਰਿਆਵਾਂ ਦੇ, ਉਹਨਾਂ ਤੋਂ ਪਾਰ ਹੋਣ ਵਾਲਾ ਜਿਹੜਾ ਸਥਾਨ ਪਾਤਣੀ, ਉੱਥੇ ਮੁਲਾਹ ਜਿਹੜੇ ਨੇ ਖੜਕੇ ਦੇ ਕੂਕ ਦੇ ਪੁਕਾਰ ਕੇ ਕਹਿੰਦੇ ਹਨ, ਵੰਜੋ ਤੁਰਕ ਬਲਾੜ। ਵੰਜੋ ਤੁਰਕ ਵਿਲਾੜ, ਕਹਿੰਦੇ ਵੀ ਤੁਰਕ ਛੇਤੀ ਆਓ, ਵਿਲਾੜ ਸ਼ੀਘਰ ਸਾਲਾਂ ਮਾਰ ਕੇ ਆਓ, ਤੇ ਦਰਿਆ ਤੋਂ ਵੰਜੋ ਪਾਰ ਲੰਘ ਜਾਵੋ। ਇਸੇ ਪ੍ਰਕਾਰ ਇਹ ਤੁਕ ਪੜਦੇ ਹੋ। ਪੱਤਣ ਕੂਕੇ ਪਾਤਣੀ। ਪੱਤਣ ਕੀ ਹੈ ਸਾਧ ਸੰਗਤ? ਇਹ ਸੰਸਾਰ ਰੂਪੀ ਦਰਿਆ ਜਿਹੜਾ ਹੈ ਨਾ, ਇਹਦੇ ਵਿੱਚ ਜਿਹੜਾ ਵੈਰਾਗ ਕਰਾਉਣਾ ਹੈ ਮੋਹ ਮਾਇਆ ਤੋਂ, ਇਹ ਪੱਤਣ ਹੈ। ਇਸ ਪੱਤਣ ਦੇ ਉੱਤੇ ਕੂਕੇ ਪਾਤਣੀ, ਪਾਤਣੀ ਕੌਣ ਹੈ, ਮਲਾਹ ਕੌਣ ਹੈ? ਗੁਰੂ ਰੂਪੀ ਮਲਾਹ ਹਨ, ਸਤਿਗੁਰੂ ਜੀ ਸੱਚੇ ਪਾਤਸ਼ਾਹ। ਉਹ ਪੁਕਾਰ ਪੁਕਾਰ ਕੇ ਕਹਿ ਰਹੇ ਹਨ ਸੰਸਾਰ ਦੇ ਜੀਵਾਂ ਨੂੰ, ਵੰਜੋ ਤੁਰਕ ਵਿਲਾੜ। ਵੰਜੋ ਤੁਰਕ ਵਿਲਾੜ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਤੁਰਕ ਜਲਦੀ ਆਵੋ, ਅਤੇ ਸੰਸਾਰ ਦਰਿਆ ਤੋਂ ਪਾਰ ਹੋ ਕੇ ਮੁਕਤੀ ਰੂਪੀ ਕਿਨਾਰੇ 'ਤੇ ਵੰਜੋ ਲੰਘ ਜਾਵੋ, ਪਾਰ ਛਾਲ ਮਾਰ ਕੇ ਆਵੋ, ਸੰਸਾਰ ਦੇ ਮੋਹ ਵੱਲੋਂ ਸੰਸਾਰ ਦਾ ਮੋਹ ਤਿਆਗ ਕਰਕੇ। ਮਹਾਰਾਜ ਸਾਹਿਬ ਜੀ ਕਹਿੰਦੇ ਵਿਲਾੜ ਛਾਲ ਮਾਰੋ ਦੁਨੀਆ ਵਾਲੇ ਪਾਸਿਓਂ, ਧਰੁਕ ਦੌੜ ਕੇ ਵੰਜੋ ਨਾਮ ਜਪ ਕੇ ਜਗਤ ਤੋਂ ਪਾਰ ਹੋ ਜਾਵੋ। ਪਾਰ ਪਵੰਦੜੀ ਡਿੱਠ ਮੈਂ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਜਿਹੜੇ ਨਾ ਸੰਸਾਰ ਦਰਿਆ ਤੋਂ ਪਾਰ ਪੈਂਦੇ ਮੈਂ ਵੇਖਣਾ ਕੀਤੇ ਹਨ। ਸਤਿਗੁਰ ਬੋਏ ਹੱਥ ਚਾੜ, ਜੋ ਸਤਿਗੁਰਾਂ ਨੇ ਨਾਮ ਗਿਆਨ ਰੂਪੀ ਜਹਾਜ਼ ਦੇ ਉੱਤੇ ਚਾੜਨਾ ਕੀਤੇ ਨੇ। ਹਿਕ ਨੀ ਲੱਦਿਆ ਹਿਕ ਲੱਦ ਗਏ। ਹਿਕ ਨੀ ਲੱਦਿਆ ਹਿਕ ਨੀ, ਇੱਕ ਨਾ ਨੇ ਮਹਾਰਾਜ ਸਾਹਿਬ ਜੀ ਕਹਿੰਦੇ ਨਾਮ ਜੋ ਹੈ ਉਹ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਨਾਮ ਗਿਆਨ ਨੂੰ ਆਪਣੇ ਅੰਤਹਿਕਰਨ ਦੇ ਵਿੱਚ ਲੱਦ ਲਿਆ ਹੈ। ਹਿੱਕ ਲੱਦ ਗਏ,
ਅਤੇ ਇੱਕ ਨਾਮ ਦੁਆਰਾ ਲੱਦ ਗਏ ਭਾਵ ਪਾਰ ਹੋ ਗਏ ਹਨ, ਮੁਕਤ ਹੋ ਗਏ ਹਨ। ਇੱਕ ਮੁਕਤ ਹੋਣ ਲਈ ਨਾਮ ਜਪ ਰਹੇ ਨੇ ਤੇ ਇੱਕ ਨਾਮ ਜਪ ਕੇ ਪਾਰ ਲੰਘ ਗਏ ਨੇ। ਇੱਕ ਪਾਰੇ ਭਰ ਨਾਲ ਇੱਕ ਇੱਕ ਕਈ ਜਿਹੜੇ ਗੁਰਾਂ ਦੇ ਉਪਦੇਸ਼ ਨੂੰ ਜਿਨ੍ਹਾਂ ਨੇ ਅਣਸੁਣਿਆ ਕਰਤਾ, ਮਹਾਰਾਜ ਕਹਿੰਦੇ ਉਹ ਪਾਪਾਂ ਦੇ ਭਾਰ ਦੇ ਨਾਲ ਭਰ ਨਾਲ ਜੋ ਇਹ ਸੰਸਾਰ ਹੈ, ਇਹ ਸੰਸਾਰ ਸਮੁੰਦਰ ਰੂਪੀ ਭਰਨਾਲ ਸਮੁੰਦਰ ਦੇ ਵਿੱਚ ਹੀ ਡੁੱਬ ਗਏ ਹਨ ਪਾਪਾਂ ਕਰਕੇ। ਜਿਨੇ ਸੱਚ ਭਰਨਾਲ ਸਮੁੰਦਰ ਨੂੰ ਕਹਿੰਦੇ ਨੇ ਵੀ ਇੱਕ ਇੱਕ ਕਈ ਪਾਪਾਂ ਦੇ ਭਾਰੇ ਸੰਸਾਰ ਸਮੁੰਦਰ 'ਚ ਡੁੱਬ ਗਏ ਹਨ। ਜਿਨੇ ਸੱਚ ਬਣਜਿਆ, ਜਿਨ੍ਹਾਂ ਨੇ ਸੱਚੇ ਵਾਹਿਗੁਰੂ ਦੇ ਨਾਮ ਨੂੰ ਗੁਰਾਂ ਪਾਸੋਂ ਬਣਜਿਆ ਖਰੀਦਿਆ ਹੈ ਤਨ ਮਨ ਧਨ ਦੇ ਕੇ, ਸੱਚੇ ਪ੍ਰਭ ਨਾਲ ਉਹ ਸੱਚੇ ਪਰਮੇਸ਼ਰ ਦੇ ਨਾਲ ਜਾ ਮਿਲੇ ਨੇ, ਵਾਹਿਗੁਰੂ 'ਚ ਭੇਦ ਹੋ ਗਏ ਹਨ। ਨਾ ਹਮ ਚੰਗੇ ਆਖੀਏ, ਮਹਾਰਾਜ ਕਹਿੰਦੇ ਨਾ ਹਮ ਚੰਗੇ ਆਖੀਏ ਭਾਈ, ਨਾ ਅਸੀਂ ਗੁਣਾਂ ਤੋਂ ਹੀਣ ਹੋਣ ਕਰਕੇ ਚੰਗਿਆਈ ਵਾਲੇ ਹੀ ਆਖੇ ਜਾ ਸਕਦੇ ਹਾਂ ਵੀ ਸਾਡੇ 'ਚ ਕੋਈ ਚੰਗਿਆਈ ਵੀ ਨਹੀਂ ਹੈ ਜੀਵਾਂ ਵਿੱਚ। ਬੁਰਾ ਨਾ ਦਿਸੈ ਕੋਈ, ਤੇ ਸਾਨੂੰ ਔਗੁਣਾਂ ਦੇ ਭਰੇ ਹੋਣ ਕਰਕੇ ਆਪਣੇ ਨਾਲੋਂ ਹੋਰ ਵੱਡਾ ਕੋਈ ਬੁਰਾ ਭੈੜਾ ਵੀ ਨਹੀਂ ਦਿਖਦਾ ਜਗਤ ਅੰਦਰ। ਨਾਨਕ ਹਉਮੈ ਮਾਰੀਐ, ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇੱਦਾਂ ਵੀ ਆਪਣੇ ਅੰਦਰੋਂ ਹਉਮੈ ਮਾਰ ਲਈਏ ਦੇਹ ਗੁਣਾਂ ਦੀ ਤੇ ਆਪਣੇ ਚੰਗੇ ਹੋਣ ਦੀ ਦੂਰ ਕਰ ਲਈਏ ਹਉਮੈ। ਸੱਚੇ ਜਿਹੜਾ ਸੋਏ, ਜਿਹੜਾ ਹੰਗਤਾ ਮਾਰੇਗਾ ਸੱਚੇ ਜਿਹੜਾ ਸੋਇਓ, ਸੱਚੇ ਵਾਹਿਗੁਰੂ ਦੇ ਵਰਗਾ ਹੀ ਹੋ ਜਾਵੇਗਾ, ਪਰਮੇਸ਼ਰ ਦਾ ਹੀ ਸਰੂਪ ਹੋ ਜਾਵੇਗਾ ਜਿਹੜਾ ਹੰਗਤਾ ਮਮਤਾ ਨੂੰ ਮਾਰ ਲਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਇਹਦੇ ਵਿੱਚ ਸਭ ਰਿਸ਼ਤੇ ਨਾਤੇ, ਕੋਈ ਪਰਲੋਕ ਤੋਂ ਹੀ ਸਹਾਈ ਨਹੀਂ ਹੈ ਇਹ ਜਣਾਇਆ, ਅਤੇ ਗੁਰੂ ਸਾਹਿਬ ਜੀ ਪਾਰ ਕਰਨ ਵਾਲੇ ਨੇ ਜਿਨ੍ਹਾਂ ਗੁਰਾਂ ਦੁਆਰਾ ਨਾਮ ਜਪਿਆ ਹੈ ਉਹ ਪਾਰ ਹੋ ਗਏ ਨੇ, ਜਿਹੜੇ ਹਉਮੈ ਦੂਰ ਕਰਕੇ ਕਹਿੰਦੇ ਨੇ ਵਾਹਿਗੁਰੂ 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 ਨਾ ਹਮ ਚੰਗੇ ਆਖੀਆ ਹੈ ਬੁਰਾ ਨਾ ਦਿਸੈ ਕੋਈ, ਨਾਨਕ ਹਉ ਮੈਂ ਮਾਰੀਐ ਸੱਚੇ ਜਿਹੜਾ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।